ਵਾਨ ਵੈਲਕਮ ਟੂ ਸਟਰੀ ਸ਼ੋਰਟਸ ਸੋ ਸੋ ਬਿਕਮਸ ਇਜ਼ ਯੂ ਸੋ ਜਿਵੇਂ ਤੁਹਾਨੂੰ ਪਤਾ ਹੈ ਜੀ ਲਾਸਟ ਵੀਡੀਓ ਦੇ ਵਿੱਚ ਆਪਾਂ ਸੈੱਲ ਦਾ ਚੈਪਟਰ ਪੜਨਾ ਸ਼ੁਰੂ ਕੀਤਾ ਸੀ ਜਿਸ ਦੇ ਵਿੱਚ ਆਪਾਂ ਐਨੀਮਲ ਸੈੱਲ ਨੂੰ ਡਿਟੇਲ ਦੇ ਵਿੱਚ ਪੜ ਰਹੇ ਸੀਗੇ ਸੋ ਲਾਸਟ ਆਪਾਂ ਐਨੀਮਲ ਸੈੱਲ ਦੀ ਪਲਾਜ਼ਮਾ ਮੈਂਬਰੇਨ ਬਾਰੇ ਪੜਿਆ ਸੀ ਪਲਾਜ਼ਮਾ ਮੈਂਬਰੇਨ ਜਿਸ ਨੂੰ ਪੰਜਾਬੀ ਦੇ ਵਿੱਚ ਪਲਾਜ਼ਮਾ ਛਿੱਲੀ ਵੀ ਕਹਿ ਦਿੱਤਾ ਜਾਂਦਾ ਹੈ ਤੋਂ ਉਸ ਨੂੰ ਅਸੀਂ ਡਿਟੇਲ ਦੇ ਵਿੱਚ ਦੇਖਿਆ ਸੀ ਅੱਜ ਆਪਾਂ ਜਿਹੜੇ ਇਸ ਦੇ ਹੋਰ ਭਾਗਾਂ ਬਾਰੇ ਗੱਲ ਕਰਾਂਗੇ ਜਿਉਂ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਸੌਨਲੀ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਇਹ ਸਾਰੀ ਵੀਡੀਓਜ਼ ਜਨਰਲ ਸਾਇੰਸ ਦੇ ਨਾਲ ਰਿਲੇਟਡ ਹੈ ਜੋ ਕਿ 9th 10th ਕਲਾਸ ਦੀ ਸਾਇੰਸ ETT ਪੇਪਰ 2 ਮਾਸਟਰ ਕੈਡਰ ਸਾਰਿਆਂ ਦੇ ਲਈ ਜਿ ਆ ਹਾਊ ਡੂ ਸਬਸਟੈਂਸਸ ਲਾਈਕ CO2 ਐਂਡ ਵਾਟਰ ਮੂਵ ਇਨ ਐਂਡ ਆਊਟ ਆਫ ਦਾ ਸੈਲ ਤਾਂ CO2 ਅਤੇ ਪਾਣੀ ਵਰਗੇ ਪਦਾਰਥ ਕਿਸ ਤਰ੍ਹਾਂ ਸੈਲ ਦੇ ਅੰਦਰ ਬਾਹਰ ਆਉਂਦੇ ਜਾਂਦੇ ਹਨ ਇਸ ਦੇ ਬਾਰੇ ਆਪਾਂ ਚਰਚਾ ਲਾਸਟ ਵੀਡੀਓ ਦੇ ਵਿੱਚ ਕਰ ਚੁੱਕੇ ਸੀ ਡਿਫਿਊਜ਼ਨ ਤੇ ਓਸਮੋਸਿਸ ਦੀ ਜਿਹੜੀ ਪ੍ਰਕਿਰਿਆ ਹੈ ਉਸ ਦੇ ਬਾਰੇ ਆਪਾਂ ਇਸ ਦੇ ਵਿੱਚ ਪੜਿਆ ਸੀ ਜਿਸ ਨੂੰ ਪੰਜਾਬੀ ਦੇ ਵਿੱਚ ਪਰਸਰਨ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ ਸੈਕਿੰਡ ਕੁਐਸਚਨ ਹੈ ਵਾਈ ਇਜ਼ ਦਾ ਪਲਾਜ਼ਮਾ ਮੈਂਬਰੇਨ ਕੋਲਡ ਆ ਸਿਲੈਕਟਿਵਲੀ ਪਰਮੀਏਬਲ ਮੈਂਬਰੇਨ ਪਲਾਜ਼ਮਾ ਚਿਲੀ ਨੂੰ ਚੁਣਨ ਯੋਗ ਮੂਸਾਮਦਰ ਪਰਤੇ ਕਿਉਂ ਕਹਿੰਦੇ ਹਨ ਸੋ ਇਸ ਦੇ ਬਾਰੇ ਵੀ ਡਿਟੇਲ ਦੇ ਵਿੱਚ ਆਪਾਂ ਲਾਸਟ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਹਾਂ ਅਗਰ ਤੁਹਾਨੂੰ ਲਾਸਟ ਵੀਡੀਓ ਹਾਲ ਤੱਕ ਨਹੀਂ ਦੇਖੀ ਤਾਂ ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਆਪਣਾ ਫਰਸਟ ਲੈਕਚਰ ਜਿਹੜਾ ਇਸ ਦਾ ਚੈੱਕ ਕਰ ਸਕਦੇ ਹੋ ਸੋ ਅੱਗੇ ਹੁਣ ਆਪਾਂ ਸੈੱਲ ਦੇ ਹੋਰ ਭਾਗਾਂ ਬਾਰੇ ਗੱਲ ਕਰਨ ਵਾਲੇ ਆ ਪਲਾਜ਼ਮਾ ਚਿਲੀ ਯਾਨੀ ਕਿ ਪਲਾਜ਼ਮਾ ਮੈਂਬਰੇਨ ਆਪਾਂ ਪੜ ਚੁੱਕੇ ਹਾਂ ਨੈਕਸਟ ਆਪਾਂ ਪੜਨ ਜਾ ਰਹੇ ਹਾਂ ਨਿਊਕਲੀਅਸ ਜਿਸ ਨੂੰ ਪੰਜਾਬੀ ਵਿੱਚ ਕਹਿੰਦੇ ਹਨ ਕੇਂਦਰਕ ਇਹ ਕੇਂਦਰ ਕਿੱਥੇ ਹੁੰਦਾ ਸੈੱਲ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਐਨੀਮਲ ਸੈੱਲ ਦੀ ਫੋਟੋ ਤੇ ਇਹਦੇ ਵਿੱਚ ਤੁਸੀਂ ਪਰਪਲ ਕਲਰ ਦਾ ਤੁਹਾਨੂੰ ਦਿਖਾਈ ਦੇ ਰਿਹਾ ਇਹ ਹੈਗਾ ਜੀ ਨਿਊਕਲੀਅਸ ਤਾਂ ਆ ਜੋ ਪਰਪਲ ਕਲਰ ਦਾ ਏਰੀਆ ਹੈਗਾ ਵਿੱਚ ਬਿਲਕੁਲ ਕੇਂਦਰ ਦਾ ਮਤਲਬ ਹੁੰਦਾ ਜੋ ਬਿਲਕੁਲ ਕੇਂਦਰ ਦੇ ਵਿੱਚ ਹੋਵੇ ਸੋ ਇਸੇ ਨੂੰ ਆਪਾਂ ਕਹਿੰਦੇ ਆ ਨਿਊਕਲੀਅਸ ਇਸ ਬਾਰੇ ਹੁਣ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਨਿਊਕਲੀਅਸ ਹੁੰਦਾ ਜੀ ਉਹ ਸੈੱਲ ਦੇ ਬਿਲਕੁਲ ਕੇਂਦਰ ਦੇ ਵਿੱਚ ਹੁੰਦਾ ਤੇ ਸੈੱਲ ਦੀਆਂ ਸਾਰੀਆਂ ਹੀ ਕਿਰਿਆਵਾਂ ਨੂੰ ਉਹ ਕੰਟਰੋਲ ਕਰਦਾ ਹੈ ਸੋ ਨਿਊਕਲੀਅਸ ਹੈਜ਼ ਅ ਡਬਲ ਲੇਅਰਡ ਕਵਰਿੰਗ ਕੋਲ ਨਿਊਕਲੀਅਰ ਮੈਂਬਰੇਨ ਤਾਂ ਸੈੱਲ ਦੇ ਵਿੱਚ ਜਿੰਨੇ ਵੀ ਭਾਗ ਹੁੰਦੇ ਨੇ ਸੈੱਲ ਦੇ ਜਿੰਨੇ ਵੀ ਨਿਕੜੇ ਅੰਗ ਹੁੰਦੇ ਨੇ ਉਹਨਾਂ ਸਾਰਿਆਂ ਦੇ ਆਲੇ ਦੁਆਲੇ ਇੱਕ ਪਰਤ ਹੁੰਦੀ ਹੈ ਜਿਸ ਨੂੰ ਇੰਗਲਿਸ਼ ਮੈਂਬਰੇਨ ਕਹਿੰਦੇ ਆ ਉਸੇ ਤਰ੍ਹਾਂ ਨਿਊਕਲੀਅਸ ਦੇ ਆਲੇ ਦੁਆਲੇ ਇੱਕ ਡਬਲ ਲੇਅਰ ਦੀ ਜਿਹੜੀ ਦੋਹਰੀ ਪਰਤ ਹੁੰਦੀ ਹੈ ਜਿਸ ਨੂੰ ਨਿਊਕਲੀਅਰ ਮੈਂਬਰੇਨ ਕਿਹਾ ਜਾਂਦਾ ਹੈ ਜਿਸ ਨੂੰ ਕੇਂਦਰਕ ਝਿੱਲੀ ਕਹਿੰਦੇ ਹਨ ਦਾ ਨਿਊਕਲੀਅਰ ਮੈਂਬਰੇਨ ਹੈਜ਼ ਪੋਰਸ ਵਿਚ ਅਲੋ ਦਾ ਟ੍ਰਾਂਸਫਰ ਆਫ ਮਟੀਰੀਅਲ ਫਰਮ ਇਨਸਾਈਡ ਐਂਡ ਨਿਊਕਲੀਅਸ ਟੂ ਇਟਸ ਆਊਟਸਾਈਡ ਥੈਟ ਇਜ਼ ਦਾ ਸਾਈਟੋਪਲਾਜ਼ਮ ਦੇਖੋ ਇਹ ਨਿਊਕਲੀਅਰ ਮੈਂਬਰੇਨ ਹੁੰਦੀ ਹੈ ਜਾਨੀ ਕਿ ਕੇਂਦਰਕ ਚਿੱਲੀ ਹੁੰਦੀ ਹੈ ਉਹਦੇ ਵਿੱਚ ਪੋਰਸ ਜਾਨੀ ਕਿ ਉਹਦੇ ਵਿੱਚ ਕੁਝ ਛੇਕ ਹੁੰਦੇ ਨੇ ਜੋ ਚੀਜ਼ਾਂ ਨੂੰ ਅਲੋਅ ਕਰਦੀ ਹੈ ਮਟੀਰੀਅਲ ਨੂੰ ਅਲੋਅ ਕਰਦੀ ਹੈ ਅੰਦਰ ਬਾਹਰ ਜਾਣ ਦੇ ਲਈ ਨਿਊਕਲੀਅਸ ਦੇ ਵਿੱਚ ਬਾਹਰ ਦੀ ਤਰਫ ਆਉਣ ਦੇ ਲਈ ਦੇਖ ਸਕਦੇ ਹੋ ਜਿਹੜੀ ਇਹ ਕੇਂਦਰਕ ਝਿਲੀ ਹੈਗੀ ਇਹਦੇ ਵਿੱਚ ਕੁਝ ਗਲੀਆਂ ਜਿਹੜੀਆਂ ਤੁਹਾਨੂੰ ਇੱਥੇ ਸ਼ੋਅ ਹੋ ਰਹੀਆਂ ਹੋਣਗੀਆਂ ਤਾਂ ਇਹ ਗਲੀਆਂ ਜਿਹੜੀਆਂ ਨੇ ਇਹਦੇ ਵਿੱਚੋਂ ਦੀ ਸਮਾਨ ਜਿਹੜਾ ਹੈ ਉਹ ਅੰਦਰ ਬਾਹਰ ਜਾ ਸਕਦਾ ਹੈ ਕੇਂਦਰਕ ਦੇ ਉੱਤੋਂ ਬਾਹਰ ਜਦ ਆਂਦਾ ਹੈ ਤਾਂ ਬਾਹਰਲੀ ਤਰਫ ਜੋ ਆ ਗ੍ਰੀਨ ਕਲਰ ਦਾ ਏਰੀਆ ਸ਼ੋਅ ਕੀਤਾ ਹੋਇਆ ਹੈ ਇੱਥੇ ਕੀ ਹੁੰਦਾ ਇੱਥੇ ਇੱਕ ਜੈਲੀ ਟਾਈਪ ਇੱਕ ਫਲੂ ਟਾਈਪ ਜਿਹੜਾ ਇੱਕ ਚੀਜ਼ ਪਈ ਹੁੰਦੀ ਹੈ ਇੱਕ ਸਬਸਟੈਂਸ ਹੁੰਦੀ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਸਾਈਟੋਪਲਾਜ਼ਮ ਸਾਂ ਸਾਈਟੋਪਲਾਜ਼ਮ ਦੇ ਵਿੱਚੋਂ ਚੀਜ਼ਾਂ ਕੇਂਦਰਕ ਦੇ ਅੰਦਰ ਵੀ ਜਾ ਸਕਦੀਆਂ ਨੇ ਕੇਂਦਰਕ ਤੋਂ ਚੀਜ਼ਾਂ ਸਾਈਟੋਪਲਾਜ਼ਮ ਦੇ ਵਿੱਚ ਬਾਹਰ ਵੀ ਆ ਸਕਦੀਆਂ ਨੇ ਤਾਂ ਕਿਸ ਦੇ ਥਰੂ ਆਉਂਦੀਆਂ ਨੇ ਇੱਕ ਛੇਕ ਦੇ ਥਰੂ ਆਉਂਦੀਆਂ ਨੇ ਜਿਹੜੀ ਛੇਕ ਕੇਂਦਰਕ ਛਿੱਲੀ ਦੇ ਵਿੱਚ ਹੁੰਦੀਆਂ ਨੇ ਯਾਨੀ ਕਿ ਨਿਊਕਲੀਅਸ ਮੈਂਬਰੇਨ ਦੇ ਵਿੱਚ ਜੋ ਪੋਰ ਹੁੰਦੇ ਨੇ ਜੋ ਛੇਕ ਹੁੰਦੇ ਨੇ ਉਹਦੇ ਵਿੱਚੋਂ ਦੀ ਸਮਾਨ ਅੰਦਰ ਬਾਹਰ ਆਉਂਦਾ ਹੈ ਸੋ ਸੈੱਲ ਦੇ ਅੰਦਰ ਸਾਈਟੋਪਲਾਜ਼ਮ ਹੁੰਦਾ ਇੱਕ ਜੈਲੀ ਲਾਈਕ ਸਬਸਟੈਂਸ ਹੁੰਦਾ ਜੈਲੀ ਲੱਕ ਚੀਜ਼ ਹੁੰਦੀ ਹੈ ਜਿਸ ਨੂੰ ਅਸੀਂ ਸਾਈਟੋਪਲਾਜ਼ਮ ਕਹਿੰਦੇ ਹਾਂ ਤੇ ਉਸ ਦੇ ਅੰਦਰ ਹੀ ਜਿਹੜਾ ਹੈ ਉਹ ਕੇਂਦਰਕ ਪਿਆ ਹੁੰਦਾ ਨਿਊ ਦੇ ਨਿਊਕਲੀਅਸ ਦੇ ਅੰਦਰ ਕੀ ਕੁਝ ਪਿਆ ਹੁੰਦਾ ਨਿਊਕਲੀਅਸ ਕੰਟੇਨਸ ਕਰੋਮੋਸੋਮਸ ਨਿਊਕਲੀਅਸ ਦੇ ਅੰਦਰ ਕਰੋਮੋਸੋਮਸ ਪਏ ਹੁੰਦੇ ਨੇ ਜਿਨ੍ਹਾਂ ਨੂੰ ਗੁਣਸੁੱਤਰ ਵੀ ਕਿਹਾ ਜਾਂਦਾ ਹੈ ਵਿਚ ਆਰ ਵਿਜੀਬਲ ਐਜ਼ ਰੋਡ ਸ਼ੇਪ ਸਟਰਕਚਰ ਜਿਹੜੇ ਰੋਡ ਸ਼ੇਪ ਸਟਰਕਚਰ ਦੇ ਹੁੰਦੇ ਨੇ ਕਿ ਉਹਦੇ ਵਿਜੀਬਲ ਹੁੰਦੇ ਨੇ ਜਦੋਂ ਸੈੱਲ ਜਿਹੜਾ ਇਜ਼ ਅਬਾਊਟ ਟੂ ਡਿਵਾਈਡ ਜਦੋਂ ਸੈੱਲ ਨੇ ਜਿਹੜਾ ਡਿਵਾਈਡ ਹੋਣਾ ਹੁੰਦਾ ਹੈ ਵਿਭਾਜਿਤ ਹੋਣਾ ਹੁੰਦਾ ਹੈ ਉਦੋਂ ਹੀ ਸਾਨੂੰ ਕਰੋਮੋਸੋਮ ਜਿਹੜੇ ਉਹ ਨਜ਼ਰ ਆਉਂਦੇ ਨੇ ਇਨਾਂ ਦੀ ਸ਼ੇਪ ਜਿਹੜੀ ਰੋਡ ਸ਼ੇਪ ਹੁੰਦੀ ਹੈ ਕਰੋਮੋਸੋਮਸ ਕੰਟੇਨ ਇਨਫੋਰਮੇਸ਼ਨ ਫੋਰ ਇਨਹੇਰੀਟੈਂਸ ਆਫ ਦਾ ਕੈਰੈਕਟਰਸ ਫ্রম ਪੇਰੈਂਟਸ ਟੂ ਨੈਕਸਟ ਜਨਰੇਸ਼ਨ ਇਨ ਦਾ ਫਾਰਮ ਆਫ ਡੀਐਨਏ ਮੋਲੀਕੂਲਸ ਸੋ ਆਪਨੂੰ ਪਤਾ ਹੈ ਜੀ ਗੁਣਸੂਤਰ ਕੀ ਹੁੰਦੇ ਨੇ ਜੋ ਇਨਫੋਰਮੇਸ਼ਨ ਜਿਹੜੀ ਹੈ ਜੋ ਜਿਹੜੀ ਜਾਣਕਾਰੀ ਹੈ ਯਾਨਕਿ ਇਨਫੋਰਮੇਸ਼ਨ ਹੈ ਉਹ ਪੇਰੈਂਟਸ ਤੋਂ ਉਹਨਾਂ ਦੇ offspring ਯਾਨਕਿ ਮਾਪਿਆਂ ਤੋਂ ਅਗਲੀ ਪੀੜੀ ਤੱਕ ਜਿਹੜੀ ਹੈ ਉਹ ਇਨਫੋਰਮੇਸ਼ਨ ਗੁਣਸੂਤਰਾਂ ਬਾਰੇ ਇਨਫੋਰਮੇਸ਼ਨ ਜਿਹੜੀ ਹੈ ਲੈ ਕੇ ਜਾਂਦੇ ਨੇ ਕਿਸ ਦੇ ਥਰੂ ਲੈ ਕੇ ਜਾਂਦੇ ਨੇ ਡੀਐਨਏ ਦੇ ਥਰੂ ਲੈ ਕੇ ਜਾਂਦੇ ਆ ਡੀਐਨਏ ਦੀ ਇਨਫੋਰਮੇਸ਼ਨ ਲੈ ਕੇ ਜਾਂਦੇ ਆ ਜੈਨੇਟਿਕ ਇਨਫੋਰਮੇਸ਼ਨ ਆਪਾਂ ਤੋਂ ਅਗਲੀ ਪੀੜ੍ਹੀ ਤੱਕ ਪੀਰੈਂਟਸ ਤੋਂ ਨੈਕਸਟ ਜਨਰੇਸ਼ਨ ਤੱਕ ਕਿਸ ਫਾਰਮ ਦੇ ਵਿੱਚ ਲੈ ਕੇ ਜਾਂਦੇ ਆ ਡੀਐਨਏ ਦੀ ਫਾਰਮ ਦੇ ਵਿੱਚ ਲੈ ਕੇ ਜਾਂਦੇ ਆ ਔਰ ਡੀਐਨਏ ਦੀ ਫੁੱਲ ਫਾਰਮ ਹੈ ਡੀਆਕਸੀ ਰਾਈਬੋ ਨਿਊਕਲੀਕ ਐਸਿਡ ਕਰੋਮੋਸੋਮਸ ਆਰ ਕੰਪੋਜ਼ਡ ਆਫ ਡੀਐਨਏ ਔਰ ਪ੍ਰੋਟੀਨ ਤੋ ਕਰੋਮੋਸੋਮ ਕਿਸ ਚੀਜ਼ੇ ਬਨੇ ਹੁੰਦੇ ਨੇ ਡੀਐਨਏ ਤੇ ਪ੍ਰੋਟੀਨ ਦੇ ਬਨੇ ਹੁੰਦੇ ਨੇ ਫੰਕਸ਼ਨਲ ਸੈਗਮੈਂਟਸ ਆਫ ਡੀਐਨਏ ਆਰ ਕੋਲ ਜੀਨਸ ਤੋ ਡੀਐਨਏ ਦੇ ਵਿੱਚ ਜੋ ਫੰਕਸ਼ਨਲ ਸੈਗਮੈਂਟਸ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਜੀਨਸ ਯਾਨੀ ਕਿ ਡੀਐ ਜਿਹੜਾ ਸੈੱਲ ਵਿਭਾਜਿਤ ਨਹੀਂ ਹੋ ਰਿਹਾ ਹੁੰਦਾ ਉਹ ਉਸ ਵਿੱਚ ਜਿਹੜਾ ਡੀਐਨਏ ਹੁੰਦਾ ਉਹ ਕਰੋਮੇਟਿਨ ਪਦਾਰਥ ਦੇ ਰੂਪ ਵਿੱਚ ਹੀ ਹੁੰਦਾ ਜਦੋਂ ਵਿਭਾਜਿਤ ਹੋ ਜਾਂਦਾ ਤਾਂ ਸਾਰੇ ਜਿਹੜੇ ਧਾਗੇ ਨੇ ਜਿਹੜਾ ਉਹਨਾਂ ਦਾ ਰਚਨਾਵਾ ਦਾ ਜਾਲ ਹੁੰਦਾ ਉਹਨੂੰ ਕਰੋਮੇਟਿਨ ਕਹਿੰਦੇ ਆ ਤੇ ਜਦੋਂ ਸੈੱਲ ਨੇ ਡਿਵਾਈਡ ਹੋਣਾ ਹੁੰਦਾ ਤਾਂ ਸਾਰੇ ਕਰੋਮੇਟਿਨ ਮਟੀਰੀਅਲ ਜਿਹੜਾ ਕਿਸ ਦੇ ਵਿੱਚ ਜਿੰਝ ਹੋ ਜਾਂਦਾ ਹੈ ਉਹ ਕਰੋਮੋਸੋਮ ਬਣ ਜਾਂਦੇ ਨੇ ਤੇ ਉਦੋਂ ਹੀ ਵਿਜੀਬਲ ਹੁੰਦੇ ਨੇ ਜਦੋਂ ਸੈੱਲ ਨੇ ਡਿਵਾਈਡ ਹੋਣਾ ਹੁੰਦਾ ਆਦਰਵਾਇਜ਼ ਉਹ ਇੱਕ ਧਾਗੇ ਦਾ ਜਿਹੜਾ ਜਾਲ ਦੇ ਰੂਪ ਵਿੱਚ ਉੱਥੇ ਪਿਆ ਹੁੰਦਾ ਉਸ ਨੂੰ ਅਸੀਂ ਕਰੋਮੇਟਿਨ ਕਹਿੰਦੇ ਆ ਜਦੋਂ ਇਹ ਸੈੱਲ ਨੇ ਡਿਵਾਈਡ ਹੋਣਾ ਹੁੰਦਾ ਤੇ ਇਹ ਕਰੋਮੇਟਿਨ ਮਟੀਰੀਅਲ ਕਿਸ ਦੇ ਵਿੱਚ ਆਰਗੇਨਾਈਜ਼ ਹੋ ਜਾਂਦਾ ਕਰੋਮੋਸੋਮਸ ਦੇ ਵਿੱਚ ਆਰਗੇਨਾਈਜ਼ ਹੋ ਜਾਂਦਾ ਪਲੀਜ਼ ਪਲੇਜ਼ ਅ ਸੈਂਟਰਲ ਰੋਲ ਇਨ ਸੈਲੂਲਰ ਰੀਪ੍ਰੋਡਕਸ਼ਨ ਦ ਪ੍ਰੋਸੈਸ ਬਾਏ ਵਿਚ ਅ ਸਿੰਗਲ ਸੈੱਲ ਡਿਵਾਈਡਸ ਐਂਡ ਫਾਰਮਸ ਟੂ ਨਿਊ ਸੈਲਸ ਤਾਂ ਨਿਊਕਲੀਅਸ ਜਿਹੜਾ ਹੈ ਜੀ ਆਪਣਾ ਕੇਂਦਰਕ ਜੋ ਹੈ ਇੱਕ ਬਹੁਤ ਹੀ ਅਹਿਮ ਇੱਕ ਸੈੱਲ ਤੋਂ ਦੋ ਨਵੇਂ ਸੈੱਲ ਬਣਨ ਦੀ ਜਿਹੜੀ ਪ੍ਰੋਡਕਸ਼ਨ ਦੀ ਜਿਹੜੀ ਰੀਪ੍ਰੋਡਕਸ਼ਨ ਦੀ ਪ੍ਰੋਸੈਸ ਹੈ ਉਹਦੇ ਵਿੱਚ ਜਿਹੜਾ ਕੇਂਦਰਕ ਕਿ ਉਹ ਇੱਕ ਅਹਿਮ ਭੂਮਿਕਾ ਨਿਭਾਉਂਦਾ ਜਿਹਦੇ ਵਿੱਚ ਕੀ ਹੁੰਦਾ ਇੱਕ ਸਿੰਗਲ ਸੈੱਲ ਜਿਹੜਾ ਹੈ ਉਹ ਡਿਵਾਈਡ ਹੋ ਕੇ ਦੋ ਨਵੇਂ ਸੈੱਲ ਦੋ ਨਵੇਂ ਸੈੱਲ ਜਿਹੜਾ ਉਹ ਬਣਾਉਂਦਾ ਜੇ ਤੁਸੀਂ ਦੇਖ ਸਕਦੇ ਹੋ ਇਹ ਹੈਗੇ ਸੈੱਲ ਦੀ ਫੋਟੋ ਜੋ ਇੱਥੇ ਹੈ ਰਾਈਟ ਸਾਈਡ ਤੇ ਇਹ ਪੂਰਾ ਸੈੱਲ ਹੈ ਇਹਦੇ ਵਿੱਚ ਜੋ ਪਰਪਲ ਕਲਰ ਦਾ ਹੈ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਕੇਂਦਰਕ ਯਾਨੀ ਕਿ ਨਿਊਕਲੀਅਸ ਇਸ ਨੂੰ ਹੀ ਅਗਰ ਆਪਾਂ ਥੋੜਾ ਲਾਰਜ ਕਰਕੇ ਦੇਖਦੇ ਹਾਂ ਤੇ ਇਹ ਜਿਹੜਾ ਪੂਰਾ ਨਿਊਕਲੀਅਸ ਦੀ ਫੋਟੋ ਪਰਪਲ ਕਲਰ ਦਾ ਬਾਹਰ ਜੋ ਬੜਾ ਫੋਟੋ ਹੈ ਜੀ ਇਹ ਨਿਊਕਲੀਅਸ ਦੀ ਹੈ ਨਿਊਕਲੀਅਸ ਇਹ ਅੰਦਰ ਪਿਆ ਹੁੰਦਾ ਨਿਊਕਲੀਓਲਸ ਦੇਖ ਸਕਦੇ ਹੋ ਜੀ ਨਿਊਕਲੀਅਸ ਦੀ ਜੋ ਬਾਹਰੀ ਪਰਤ ਹੈ ਉਹਦੇ ਵਿੱਚ ਇਹ ਸਾਰੇ ਛੇ ਜਿਹੜੇ ਦਿਖਾਈ ਦੇ ਰਹੇ ਨੇ ਜਿਸ ਨੂੰ ਕਿਹਾ ਜਾਂਦਾ ਹੈ ਨਿਊਕਲੀਓਪੋਰ ਯਾਨੀ ਕਿ ਇਹਦੇ ਵਿੱਚ ਛੇਖ ਹੁੰਦੇ ਨੇ ਜੋ ਮਟੀਰੀਅਲਸ ਨੂੰ ਅੰਦਰ ਬਾਹਰ ਜਾਣ ਦੇ ਵਿੱਚ ਸਹਾਇਤਾ ਕਰਦੇ ਨੇ ਤੇ ਇਹਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਜੋ ਧਾਗੇ ਦੀ ਤਰ੍ਹਾਂ ਤੁਹਾਨੂੰ ਇਹ ਸਾਰਾ ਜਾਲ ਜਿਹੜਾ ਦਿਖਾਈ ਦੇ ਰਿਹਾ ਹੈ ਥਰੈਡ ਲਾਈਕ ਸਟਰਕਚਰਸ ਆ ਇਸ ਨੂੰ ਹੀ ਕਹਿੰਦੇ ਨੇ ਕ੍ਰੋਮੈਟਿਨ ਤੋਂ ਜਦੋਂ ਸੈੱਲ ਡਿਵਾਈਡ ਹੁੰਦਾ ਸੈੱਲ ਵਿਭਾਜਿਤ ਹੁੰਦਾ ਤਾਂ ਇਹ ਸਾਰਾ ਜਿਹੜਾ ਸਟਰਕਚਰ ਹੈ ਉਹ ਬਿਲਕੁਲ ਆਰਗੇਨਾਈਜ਼ ਹੋ ਜਾਂਦਾ ਹੈ ਧਾਗੇ ਲਾਈਕ ਜੋ ਵੀ ਤੁਹਾਨੂੰ ਚੀਜ਼ਾਂ ਦਿਖਾਈ ਦੇ ਰਹੀਆਂ ਨੇ ਇਹ ਆਰਗੇਨਾਈਜ਼ ਹੋ ਜਾਂਦੀਆਂ ਨੇ ਇੱਕ ਧਾਗਾ ਹੈ ਕੁਝ ਇਸ ਤਰ੍ਹਾਂ ਜਿਹੜਾ ਇਹ ਆਰਗੇਨਾਈਜ਼ ਹੋ ਜਾਂਦਾ ਤੇ ਇਸ ਤਰ੍ਹਾਂ ਇਹ ਕ੍ਰੋਮੋਸੋਮਸ ਦੀ ਜਿਹੜੀ ਹੈ ਸ਼ੇਪ ਲੈ ਲੈਂਦਾ ਫਿਲਹਾਲ ਜਿਹੜਾ ਇਹ ਇੱਕ ਜਾਲ ਦੀ ਸ਼ੇਪ ਦੇ ਵਿੱਚ ਪਿਆ ਜਿਸ ਨੂੰ ਅਸੀਂ ਕਹਿੰਦੇ ਹਾਂ ਕ੍ਰੋਮੈਟਿਨ ਤੇ ਇਹ ਹੈਗੇ ਜੀ ਨਿਊਕਲੀਅਸ ਦੀ ਇੱਕ ਫੋਟੋ ਜਿਸ ਦੇ ਵਿੱਚ ਆਪਾਂ ਨਿਊਕਲੀਓਲਸ ਦੇਖਿਆ ਉਹਦੇ ਅੰਦਰ ਹੁੰਦਾ ਹੈ ਉਸ ਦੇ ਬਾਹਰ ਲਈ ਪਰਤੂ ਦੀ ਝਿੱਲੀ ਤੇ ਨਿਊਕਲੀਓਪੋਰ ਹੁੰਦੇ ਨੇ ਜੋ 6 ਹੁੰਦੇ ਨੇ ਜੋ ਚੀਜ਼ਾਂ ਨੂੰ ਅੰਦਰ ਬਾਹਰ ਜਾਣ ਦੇ ਵਿੱਚ ਹੈਲਪ ਕਰਦੇ ਨੇ ਤੇ ਨਾਲ ਹੀ ਥ੍ਰੈਡ ਲੈਕ ਸਟਰਕਚਰ ਤੇ ਹੁੰਦੇ ਨੇ ਜਿਸ ਨੂੰ ਅਸੀਂ ਕਰੋਮੇਟਿਨ ਕਹਿੰਦੇ ਹਾਂ ਜੋ ਕਿ ਗੁਣਸੁੱਤਰ ਹੁੰਦੇ ਨੇ ਬਾਅਦ ਦੇ ਵਿੱਚ ਇਹ ਜਦੋਂ ਸੈੱਲ ਡਿਵਾਈਡ ਹੁੰਦਾ ਹੈ ਕਰੋਮੋਸੋਮਸ ਇੱਕ ਸ਼ੇਪ ਲੈ ਲੈਂਦੇ ਨੇ ਆਰਗੇਨਾਈਜ਼ ਹੋ ਜਾਂਦੇ ਨੇ ਤੇ ਡੀਐਨਏ ਦੀ ਫਾਰਮ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਆ ਉਹ ਪੇਰੈਂਟਸ ਤੋਂ ਆਫਸਪ੍ਰਿੰਗਸ ਦੇ ਵਿੱਚ ਮਾਪਿਆਂ ਤੋਂ ਅਗਲੀ ਪੀੜ੍ਹੀ ਦੇ ਵਿੱਚ ਟਰਾਂਸਫਰ ਕਰਦੇ ਨੇ ਤਾਂ ਨਿਊਕਲੀਅਸ ਨੂੰ ਅਗਰ ਆਪਾਂ ਸਮ ਅਪ ਕਰੀਏ ਤਾਂ ਨਿਊਕਲੀਅਸ ਕੀ ਹੁੰਦਾ ਠੀਸ ਸ ਪ੍ਰੈਜ਼ੈਂਟ ਹੁੰਦਾ ਬਹੁਤ ਪਲਾਂਟਸ ਅਰ ਐਨੀਮਲਸ ਤੱਕ ਜੋ ਆਪਾਂ ਪੜ੍ਹਿਆ ਜੀ ਸੈੱਲ ਮੈਂਬਰੇਨ ਉਹ ਵੀ ਜਿਹੜੀ ਹੈ ਪਲਾਂਟ ਸੈੱਲ ਦੇ ਵਿੱਚ ਹੁੰਦੀ ਹੈ ਤੇ ਨਿਊਕਲੀਅਸ ਵੀ ਜਿਹੜਾ ਇਸ ਪਲਾਂਟ ਸੈੱਲ ਦੇ ਵਿੱਚ ਪਾਇਆ ਜਾਂਦਾ ਸੈੱਲ ਦਾ ਕੰਟਰੋਲ ਸੈਂਟਰ ਵੀ ਕਿਹਾ ਜਾਂਦਾ ਹਾਂਜੀ ਨਾ ਸਾਰੀ ਚੀਜ਼ਾਂ ਜੋ ਆਪਾਂ ਤੁਹਾਨੂੰ ਬੋਲ ਰਹੇ ਹਾਂ ਉਸ ਨੂੰ ਤੁਸੀਂ ਨੋਟ ਕਰ ਲਓ ਸੋ ਨਿਊਕਲੀਅਸ ਜਿਹੜਾ ਰੋਬਰਟ ਬ੍ਰਾਊਨ ਨੇ ਡਿਸਕਵਰ ਕੀਤਾ ਸੀ ਇਹ ਵੀ ਤੁਹਾਨੂੰ ਆਪਾਂ ਆਪਣੇ ਫਰਸਟ ਵੀਡੀਓ ਦੇ ਵਿੱਚ ਦੱਸਿਆ ਸੀ 1831 ਦੇ ਵਿੱਚ ਰੋਬਰਟ ਬ੍ਰਾਊਨ ਨੇ ਨਿਊਕਲੀਅਸ ਨੂੰ ਫਾਈਂਡ ਕੀਤਾ ਸੀ ਇਹਦੇ ਅੰਦਰ ਕਰੋਮੇਟਿਨ ਨੈਟਵਰਕ ਹੁੰਦਾ ਹੈ ਕਰੋਮੇਟਿਨ ਨ ਪਲਸ ਡੀਐਨਏ ਪਲਸ ਹਿਸਟੋਨ ਹਿਸਟੋਨ ਨਾਮ ਦੇ ਪ੍ਰੋਟੀਨ ਤੋਂ ਮਿਲ ਕੇ ਜਿਹੜਾ ਇਹਦਾ ਕਰੋਮੇਟਿਨ ਨੈਟਵਰਕ ਹੁੰਦਾ ਹੈ ਇਸ ਇਹਨਾਂ ਤਿੰਨਾਂ ਚੀਜ਼ਾਂ ਤੋਂ ਮਿਲ ਕੇ ਬੰਦ ਹੈ ਆਰਐਨਏ ਦੀ ਫੁੱਲ ਫਾਰਮ ਤੁਹਾਨੂੰ ਪਤਾ ਹੈ ਕਿ ਰਾਈਬੋਨਿਊਕਲੀਕ ਐਸਿਡ ਹੁੰਦੀ ਹੈ ਤੇ ਡੀਐਨਏ ਦੀ ਫੁੱਲ ਫਾਰਮ ਡੀਆਕਸੀ ਰਾਈਬੋਨਿਊਕਲੀਕ ਐਸਿਡ ਹੁੰਦੀ ਹੈ ਸੈੱਲ ਦੀ ਮੂਵਮੈਂਟ ਦੇ ਵਿੱਚ ਤੇ ਰੀਪ੍ਰੋਡਕਸ਼ਨ ਦੇ ਵਿੱਚ ਹੈਲਪ ਕਰਦਾ ਹੈ ਹਾਂਜੀ ਇਹਦੇ ਵਿੱਚ ਪੋਰ ਹੁੰਦੇ ਨੇ ਯਾਨੀ ਕਿ ਛੇਕ ਹੁੰਦੇ ਨੇ ਨਿਊਕਲੀਅਸ ਦੇ ਵਿੱਚ ਜੋ ਕਿ ਸਮਾਨ ਨੂੰ ਯਾਨੀ ਮਟੀਰੀਅਲਸ ਨੂੰ ਅੰਦਰ ਬਾਹਰ ਜਾਣ ਦੇ ਵਿੱਚ ਮੂਵਮੈਂਟ ਦੇ ਵਿੱਚ ਹੈਲਪ ਕਰਦੇ ਨੇ ਸੋ ਮੂਵਮੈਂਟ ਆਫ ਰਾਈਬੋਸੋਮਸ ਯਾਨੀ ਕਿ ਪ੍ਰੋਟੀਨ ਪਲਸ ਆਰਨੀ ਥਰੂ ਨਿਊਕਲੀਅਸ ਪੋਰਸ ਫਰਮ ਨਿਊਕਲੀਅਸ ਟੂ ਸਾਈਟੋਪਲਾਜ਼ਮ ਜਾਣ ਦੇ ਵਿੱਚ ਹੈਲਪ ਕਰਦੇ ਨੇ ਸੈਲੂਲਰ ਰੀਪ੍ਰੋਡਕਸ਼ਨ ਦੇ ਵਿੱਚ ਨਿਊਕਲੀਅਸ ਦਾ ਸਭ ਤੋਂ ਵੱਡਾ ਰੋਲ ਹੁੰਦਾ ਨੈਕਸਟ ਆਪਾਂ ਪੜਨ ਲੱਗੇ ਆਂ ਜੀ ਐਨੀਮਲ ਸੈਲ ਦੇ ਅਸੀਂ ਪਲਾਜ਼ਮਾ ਮੈਂਬਰੇਨ ਦੇਖ ਚੁੱਕੇ ਹਾਂ ਨਿਊਕਲੀਅਸ ਦੇਖ ਚੁੱਕੇ ਹਾਂ ਤੀਸਰਾ ਆਪਾਂ ਦੇਖਣ ਵਾਲਾ ਹੈ ਜੀ ਇਸ ਦੇ ਵਿੱਚ ਸਾਈਟੋਪਲਾਜ਼ਮ ਸਾਈਟੋਪਲਾਜ਼ਮ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਜੀ ਇਹਦੇ ਵਿੱਚ ਜੈਲੀ ਲਾਈਕ ਸਬਸਟੈਂਸ ਹੁੰਦਾ ਤੇ ਇਹ ਤੁਸੀਂ ਦੇਖ ਸਕਦੇ ਹੋ ਆ ਸਾਰਾ ਜੋ ਲਾਈਟ ਬਲੂ ਕਲਰ ਦਾ ਇਹ ਸਾਰਾ ਏਰੀਆ ਜੋ ਹੈ ਇਹ ਸਾਰਾ ਜਿਹੜਾ ਹੈ ਜੀ ਇਹਦੇ ਵਿੱਚ ਇਹ ਸਾਈਟੋਪਲਾਜ਼ਮ ਹੀ ਹੈ ਇੱਥੇ ਇੱਕ ਜੈਲੀ ਲਾਈਕ ਫਲੂਇਡ ਪਿਆ ਹੁੰਦਾ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ ਤੋਂ ਬਾਕੀ ਜਿੰਨੇ ਵੀ ਸੈਲ ਦੇ ਨਿਕੜੇ ਹੁੰਦੇ ਨੇ ਉਹ ਇਸ ਸਾਈਟੋਪਲਾਜ਼ਮ ਦੇ ਅੰਦਰ ਹੀ ਪਏ ਹੁੰਦੇ ਨੇ ਸੋ ਇਸ ਦੇ ਬਾਰੇ ਹੁਣ ਆਪਾਂ ਡਿਟੇਲ ਸੋਲਿਊਡ ਕੰਟੈਂਟ ਇਨਸਾਈਡ ਦਾ ਪਲਾਜ਼ਮਾ ਮੈਂਬਰੇਨ ਦਾ ਪਲਾਜ਼ਮਾ ਮੈਂਬਰੇਨ ਦੇ ਅੰਦਰ ਜੋ ਦਰਵ ਦੇ ਰੂਪ ਦੇ ਵਿੱਚ ਪਿਆ ਹੁੰਦਾ ਹੈ ਉਸੇ ਨੂੰ ਅਸੀਂ ਕਹਿੰਦੇ ਆ ਜੀ ਸਾਈਟੋਪਲਾਜ਼ਮ ਇਟ ਕੰਟੇਨਸ ਮਨੀ ਸਪੈਸ਼ਲਾਈਜ਼ਡ ਸੈਲਸ ਕੋਲਡ ਆਰਗਨੈਲਸ ਤਾਂ ਆਰਗਨੈਨਲਸ ਜਿੰਨੇ ਵੀ ਨਿਕੜੇ ਹੰਗ ਹੁੰਦੇ ਨੇ ਉਹ ਸੈਲ ਸਾਈਟੋਪਲਾਜ਼ਮ ਯਾਨੀ ਕਿ ਸੈਲ ਦਰਵ ਦੇ ਅੰਦਰ ਹੀ ਉਹਦੇ ਵਿੱਚ ਹੀ ਪਏ ਹੁੰਦੇ ਨੇ ਈਚ ਆਫ ਦੀਜ਼ ਔਰਗਨੈਲੇ ਪਰਫੋਰਮਸ ਅ ਸਪੈਸੀਫਿਕ ਫੰਕਸ਼ਨ ਫੋਰ ਦਾ ਸੈੱਲ ਹਰ ਇੱਕ ਸੈੱਲ ਦੇ ਲਈ ਇੱਕ ਖਾਸ ਜਿਹੜਾ ਕੰਮ ਹੈਗਾ ਉਹ ਇਹ ਸਾਰੇ ਔਰਗਨੈਲੇ ਸਾਰੇ ਨਿਕੜੇ ਅੰਗ ਕਰਦੇ ਨੇ ਸੈੱਲ ਔਰਗਨੈਲੇਜ਼ ਆਰ ਐਨਕਲੋਸਡ ਬਾਈ ਮੈਂਬਰੇਨਸ ਤਾਂ ਜਿੰਨੇ ਵੀ ਨਿਕੜੇ ਅੰਗ ਹੁੰਦੇ ਨੇ ਉਹਨਾਂ ਦੇ ਆਲੇ ਦੁਆਲੇ ਇੱਕ ਮੈਂਬਰੇਨ ਇੱਕ ਝੀਲੀ ਜਿਹੜੀ ਉਹ ਲੱਗੀ ਹੁੰਦੀ ਹੈ ਹਾਂਜੀ ਸਾਈਟੋਪਲਾਜ਼ਮ ਦੀ ਅਗਰ ਆਪਾਂ ਗੱਲ ਕਰ ਲਈਏ ਫਲੂਇਡ ਹੁੰਦਾ ਜੀ ਸੈਲ ਮੈਂਬਰੇਨ ਦੇ ਅੰਦਰ ਉਸ ਨੂੰ ਹੀ ਸਾਈਟੋਪਲਾਜ਼ਮ ਜਾਂ ਸੈੱਲ ਦਰਵ ਕਿਹਾ ਜਾਂਦਾ ਵਿੱਚ 80% ਜਿਹੜਾ ਵਾਟਰ ਹੁੰਦਾ ਹੈ ਕਾਫੀ ਸਟਿੱਕੀ ਹੁੰਦਾ ਹੈ ਕਿਉਂਕਿ ਜੈਲੀ ਲਾਈਕ ਸਬਸਟਾਂਸ ਹੁੰਦਾ ਹੈ ਹੱਥ ਨੂੰ ਅਗਰ ਆਪਾਂ ਲਗਾਈਏ ਤਾਂ ਸਟਿੱਕੀ ਹੋਏਗਾ 80% ਵਾਟਰ ਹੁੰਦਾ ਹੈ ਇਸ ਦੇ ਵਿੱਚ ਤੇ ਸਾਈਟੋਪਲਾਜ਼ਮ ਨੂੰ ਸਾਈਟੋਸੋਲ ਵੀ ਕਿਹਾ ਜਾਂਦਾ ਤੁਸੀਂ ਇੱਥੇ ਨੋਟ ਕਰ ਸਕਦੇ ਹੋ C Y C Y T O S O L ਤਾਂ ਇਸ ਨੂੰ ਸਾਈਟੋਸੋਲ ਵੀ ਕਿਹਾ ਜਾਂਦਾ ਹੈ ਕਈ ਵਾਰ ਐਗਜ਼ਾਮ ਦੇ ਵਿੱਚ ਤੁਹਾਨੂੰ ਇਹ ਵਰਡ ਵੀ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਇਸ ਦਾ ਮਤਲਬ ਸਾਈਟੋਪ ਤੇ ਬਹੁਤ ਸਾਰੇ ਜਿਹੜੇ ਸੈਲ ਆਰਗਨੈਲਸ ਹੁੰਦੇ ਨੇ ਉਹ ਸਾਰੇ ਸਾਈਟੋਪਲਾਜ਼ਮ ਦੇ ਵਿੱਚ ਹੀ ਪਏ ਹੁੰਦੇ ਨੇ ਇਸ ਦੀ ਇੰਪੋਰਟੈਂਸ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਕੀ ਕਰਦਾ ਜੀ ਇਹਦੇ ਵਿੱਚ ਬਹੁਤ ਸਾਰੇ ਨਿਊਟਰੀਐਂਟਸ ਡਿਸੋਲਵ ਹੁੰਦੇ ਨੇ ਘੁਲੇ ਹੋਏ ਹੁੰਦੇ ਨੇ ਬਹੁਤ ਸਾਰੇ ਵੇਸਟ ਪ੍ਰੋਡਕਟ ਵੀ ਜਿਹੜੇ ਆ ਇਹਦੇ ਵਿੱਚ ਡਿਸੋਲਵ ਹੁੰਦੇ ਨੇ ਤਾਂ ਜਿੰਨੇ ਵੀ ਆਰਗਨੈਲਸ ਹੁੰਦੇ ਨੇ ਉਹ ਸਾਈਟੋਪਲਾਜ਼ਮ ਦੇ ਵਿੱਚ ਹੀ ਹੁੰਦੇ ਨੇ ਤੇ ਇਹਨਾਂ ਨਿਕੜੇ ਅੰਗਾਂ ਤੋਂ ਬਿਨਾਂ ਜਿਹੜਾ ਸੈੱਲੋ ਕੰਮ ਨਹੀਂ ਕਰ ਸਕਦਾ ਤੇ ਉਹ ਸਾਰੇ ਨਿਕੜੇ ਅੰਗਾਂ ਨੂੰ ਸਭ ਬੰਨ ਲਨ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਰੱਖਣ ਦੇ ਵਿੱਚ ਜਿਹੜਾ ਇਹ ਕੰਟਰੋਲ ਕਰਦਾ ਜੀ ਸੈੱਲ ਦੀ ਸ਼ੇਪ ਨੂੰ ਸੈਲੂਲਰ ਰੈਸਪੀਰੇਸ਼ਨ ਦੇ ਵਿੱਚ ਵੀ ਇਹ ਹੈਲਪ ਕਰਦਾ ਹੈ ਤੱਕ ਆਪਾਂ ਪਲਾਜ਼ਮਾ ਮੈਂਬਰੇਨ ਪਰ ਚੁੱਕੇ ਆਂ ਨਿਊਕਲੀਅਸ ਪਰ ਚੁੱਕੇ ਆ ਤੇ ਨਾਲ ਹੀ ਆਪਾਂ ਇਹਦੇ ਵਿੱਚੋਂ ਸਾਈਟੋਪਲਾਜ਼ਮ ਵੀ ਜਿਹੜਾ ਪਰ ਚੁੱਕੇ ਆ ਤੁਸੀਂ ਇੱਥੇ ਦੇ ਵਿੱਚ ਦੇਖ ਸਕਦੇ ਹੋ ਗ੍ਰੀਨ ਕਲਰ ਦਾ ਜੋ ਸਾਰਾ ਏਰੀਆ ਹੈ ਉਹ ਸਾਈਟੋਪਲਾਜ਼ਮ ਹੈ ਤੇ ਉਸ ਦੇ ਵਿੱਚ ਜਿੰਨੇ ਵੀ ਨਿਕੜੇ ਅੰਗ ਪਏ ਨੇ ਸੈੱਲ ਆਰਗਨੈਲਿਸ ਨੇ ਹੁਣ ਉਹਦੇ ਬਾਰੇ ਇੱਕ ਇੱਕ ਕਰਕੇ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਸੈੱਲ ਆਰਗਨੈਲੇ ਯਾਨੀ ਕਿ ਨਿਕੜੇ ਅੰਗ ਐਵਰੀ ਸੈੱਲ ਹੈਜ਼ ਮੈਂਬਰੇਨ ਅਰਾਊਂਡ ਇਟ ਟੂ ਕੀਪ ਇਟਸ ਓਨ ਕੰ ਇਹ ਚੀਜ਼ਾਂ ਨੂੰ ਅਲੱਗ ਰੱਖਦੀ ਹੈ ਲਾਰਜ ਐਂਡ ਕੰਪਲੈਕਸ ਸੈਲ ਇਨਕਲੂਡਿੰਗ ਸੈਲਸ ਫਰੋ ਮਲਟੀ ਸੈਲੂਲਰ ਆਰਗੇਨਿਜ਼ਮਸ ਨੀਡ ਅ ਲੋਟ ਆਫ ਕੈਮੀਕਲ ਐਕਟੀਵਿਟੀਜ਼ ਟੂ ਸਪੋਰਟ ਥੇਅਰ ਕੰਪਲਿਕੇਟਿਡ ਸਟਰਕਚਰ ਐਂਡ ਫੰਕਸ਼ਨ ਕੋਸੈਲੀ ਜੀਵਾਂ ਦੇ ਸੈਲ ਸਮੇਤ ਵੱਡੇ ਅਤੇ ਗੁੰਝਲਦਾਰ ਸੈੱਲਾਂ ਨੂੰ ਆਪਣੀ ਗੁੰਝਲਦਾਰ ਸਰੰਚਨਾ ਅਤੇ ਕਾਰਜ ਨੂੰ ਬਰਕਰਾਰ ਰੱਖਣ ਲਈ ਬਹੁਤ ਸਾਰੀਆਂ ਰਸਾਇਣਿਕ ਕਿਰਿਆਵਾਂ ਕਰਨ ਦੀ ਲੋੜ ਪੈਂਦੀ ਹੈ ਇਹਨਾਂ ਵੱਖ-ਵੱਖ ਕਿਰਿਆਵਾਂ ਨੂੰ ਇੱਕ ਦੂਜੇ ਤੋਂ ਵੱਖ-ਵੱਖ ਰੱਖਣ ਲਈ ਇਹ ਸੈੱਲ ਆਪਣੇ ਅੰਦਰ ਛਿਲੀਆਂ ਦੁਆਰਾ ਕਿਰੇ ਹੋਏ ਨਿਕੜੇ ਅੰਗਾਂ ਦੀ ਵਰਤੋਂ ਗੋਲਜੀਪਰੇਟਸ ਯਾ ਗੋਲਜੀ ਬੋਡੀਜ਼ ਇਸ ਨੂੰ ਕਿਹਾ ਜਾਂਦਾ ਹੈ ਲਾਈਸੋਜ਼ੋਮਸ ਮਾਈਟੋਕਾਂਡਰੀਆ ਪਲਾਸਟਿਡਸ ਦੇ ਆਰ ਇੰਪੋਰਟੈਂਟ ਬਿਕੋਜ਼ ਦੇ ਹੈਵ ਕੈਰੀ ਆਊਟ ਸਮ ਕਰੂਸ਼ਲ ਫੰਕਸ਼ਨਸ ਇਨ ਸੈਲ ਤੇ ਸਭ ਤੋਂ ਪਹਿਲਾਂ ਆਪਣੇ ਪਾਸ ਆ ਜਾਂਦਾ ਹੈ ਐਂਡੋਪਲਾਜ਼ਮਿਕ ਰੈਟੀਕੂਲਮ ਜਿਸ ਨੂੰ ਈਆਰਵੀ ਕਿਹਾ ਜਾਂਦਾ ਹਾਂਜੀ ਤਾਂ ਐਂਡੋਪਲਾਜ਼ਮਿਕ ਰੈਟੀਕੂਲਮ ਈਆਰ ਕਿ ਹੁੰਦਾ ਹੈ ਐਂਡੋਪਲਾਜ਼ਮਿਕ ਰੈਟੀਕੂਲਮ ਇਜ਼ ਅ ਲਾਰਜ ਨੈਟਵਰਕ ਆਫ ਮੈਂਬਰੇਨ ਬਾਉਂਡ ਟਿਊਬਸ ਦ ਟਿਊਬਸ ਆ ਇਕ ਨੈਟਵਰਕ ਹੁੰਦਾ ਐਂਡ ਸ਼ੀਟਸ ਇਟ ਲੁਕਸ ਲਾਈਕ ਅ ਲੌਂਗ ਟਿਊਬਲਸ অর ਰਾਉਂਡ অর ਅ ਲ ਤਾਂ ਇੱਕ ਟਿਊਬਾਂ ਦਾ ਇੱਕ ਜਾਲ ਹੁੰਦਾ ਹੈ ਤੇਹਾਂ ਦਾ ਇੱਕ ਜਾਲ ਹੁੰਦਾ ਇਸ ਨੂੰ ਇਸੇ ਲਈ ਇਸ ਨੂੰ ਰੈਟਿਕੂਲਮ ਕਿਹਾ ਜਾਂਦਾ ਐਂਡੋ ਦਾ ਮਤਲਬ ਹੁੰਦਾ ਜੀ ਅੰਦਰ ਅੰਦਰ ਯਾਨੀ ਕਿ ਸੈੱਲ ਦੇ ਅੰਦਰ ਪਲਾਜ਼ਮਿਕ ਰੈਟਿਕੂਲਮ ਰੈਟਿਕੂਲਮ ਹੁੰਦਾ ਟਿਊਬਾਂ ਦਾ ਜਾਲ ਤਾਂ ਸੈੱਲ ਦੇ ਅੰਦਰ ਟਿਊਬਾਂ ਦੇ ਜਾਲ ਦੇ ਸ਼ੇਪ ਦੇ ਵਿੱਚ ਹੀ ਹੁੰਦਾ ਇਸੇ ਕਰਕੇ ਇਸ ਨੂੰ ਐਂਡੋਪਲਾਜ਼ਮਿਕ ਰੈਟਿਕੂਲਮ ਕਿਹਾ ਜਾਂਦਾ ਇਹ ਲੰਬੀਆਂ ਨਲੀਆਂ ਜਾਂ ਗੋਲ ਜਾਂ ਆਇਤਾਕਾਰ ਥੈਲੀਆਂ ਵਰਗਾ ਦਿਖਾਈ ਦਿੰਦਾ ਆਪਾਂ ਤੁਹਾਨੂੰ ਇਹਦੇ ਵਿੱਚ ਸ਼ੋਅ ਕਰ ਦਿੰਨੇ ਆ ਇਹ ਹੈਗਾ ਐਂਡੋਪਲਾਜ਼ਮਿਕ ਰੈਟਿਕੂਲਮ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਗੋਲ ਸ਼ੇਪ ਦੇ ਵਿੱਚ ਦੇਖ ਰਹੇ ਹੋ ਇਹ ਹੈਗਾ ਜੀ ਨਿ ਤੇ ਉੱਥੇ ਤੁਸੀਂ ਦੇਖ ਸਕਦੇ ਹੋ nucleus envelope ਯਾਨੀ ਕਿ ਉਸ ਦੀ ਬਾਹਰੀ ਪਰਤ ਜਿਹਦੇ ਵਿੱਚ nucleus core ਵੀ ਨੇ ਇਸ ਸਾਰੀਆਂ ਛੇਕ ਤੁਹਾਨੂੰ ਦਿਖਾਈ ਦੇ ਰਹੇ ਨੇ ਨਿਊਕਲੀਅਸ ਦੇ ਛੇਕ ਨੇ ਜੋ ਕਿ ਚੀਜ਼ਾਂ ਨੂੰ ਅੰਦਰ ਬਾਹਰ ਜਾਣ ਦੇ ਵਿੱਚ ਅਲੋਅ ਕਰਦੀਆਂ ਤੇ ਇਸ ਦੇ ਨਾਲ ਹੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹੈ ਐਂਡੋਪਲਾਜ਼ਮਿਕ ਰੈਟੀਕੂਲਮ ਜਿਹੜਾ ਹੈ ਇਸ ਸਾਈਟ ਤੇ ਤੁਸੀਂ ਦੇਖ ਸਕਦੇ ਹੋ ਇਹ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਹੈ ਤੇ ਇਸ ਸਾਈਟ ਤੇ ਇਹ ਜਿਹੜਾ ਸਾਰਾ ਹੈ ਇਹ ਰਫ ਐਂਡੋਪਲਾਜ਼ਮਿਕ ਰੈਟੀਕੂਲਮ ਹੈ ਤੇ ਇਹਦੇ ਉੱਤੇ ਰਫ ਦੇ ਉੱਤੇ ਜੋ ਪਰਪਲ ਕਲਰ ਦੇ ਡੋਟਸ ਤੁਹਾਨੂੰ ਦਿਖਾਈ ਦੇ ਰਹੇ ਨੇ ਇਹ ਹੈਗੇ ਨੇ ਰਾਈਬੋਸੋਮਸ ਤੇ ਜਿਹੜੀ ਇਹ ਸ਼ੇਪ ਹੈਗੀ ਹੈ ਜੀ ਇਸ ਨੂੰ ਸਿਸਟਰ ਨੇ ਕਿਹਾ ਜਾਂਦਾ ਹੈ ਸਿਸਟਰ ਨੇ ਸਪੇਸ ਕਿਹਾ ਜਾਂਦਾ ਹੈ ਜੋ ਵਿੱਚ ਬ੍ਰਾਊਨ ਕਲਰ ਦੀ ਹੈ ਬਾਕੀ ਤੁਸੀਂ ਡਿਟੇਲ ਦੇ ਵਿੱਚ ਆਪਾਂ ਦੱਸਾਂਗੇ ਫਿਲਹਾਲ ਇੱਥੇ ਦੇਖੋ ਕਿ ਐਂਡੋਪਲਾਸਮਿਕ ਰੈਟੀਕੂਲਮ ਹੈ ਜੋ ਟਿਊਬਾਂ ਦੀ ਸ਼ੇਪ ਦੇ ਵਿੱਚ ਜਿਹੜਾ ਹੈ ਇੱਕ ਦੂਸਰੇ ਦੇ ਉੱਤੇ ਤੇਹਾਂ ਦੇ ਰੂਪ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਹੈ ਸੋ ਇਸ ਨੂੰ ਕਹਿੰਦੇ ਆਂ ਜੀ ਟਿਊਬਾਂ ਦਾ ਜਾਲ ਐਂਡੋਪਲਾਜ਼ਮਿਕ ਰੈਟੀਕੂਲਮ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਸਮੂਥ ਤੇ ਰਫ ਸਮੂਥ ਦੇ ਉੱਤੇ ਰਾਈਬੋਸੋਮਸ ਨਹੀਂ ਲੱਗੇ ਹੁੰਦੇ ਤੇ ਰਫ ਦੇ ਉੱਤੇ ਰਾਈਬੋਸੋਮਸ ਲੱਗੇ ਹੁੰਦੇ ਨੇ ਐਂਡੋਪਲਾਜ਼ਮਿਕ ਰੈਟੀਕੂਲਮ ਨੂੰ ਅਗਰ ਆਪਾਂ ਸਮ ਅਪ ਕਰਨ ਦੀ ਕੋਸ਼ਿਸ਼ ਕਰੀਏ ਤਾਂ ਐਂਡੋਪਲਾਜ਼ਮਿਕ ਜਿਹੜਾ ਤੁਹਾਨੂੰ ਦੱਸਿਆ ਸੀ ਐਂਡੋ ਦਾ ਮਤਲਬ ਹੁੰਦਾ ਜੀ ਅੰਦਰ ਪਲਾਜ਼ਮਿਕ ਮਤਲਬ ਪਲਾਜ਼ਮਾ ਤੇ ਰੈਟੀਕੂਲਮ ਦਾ ਮਤਲਬ ਟਿਊਬਾਂ ਦਾ ਜਾਲ ਸੋ ਪਲਾਜ਼ਮਾ ਦੇ ਅੰਦਰ ਟਿਊਬਾਂ ਦੇ ਜਾਲ ਨੂੰ ਹੀ ਜਿਹੜਾ ਇਹ ਐਂਡੋਪਲਾ ਟਿਊਬ ਜਿਹੜੀ ਨੇ ਉਹਨਾਂ ਦੇ ਦੁਆਲੇ ਇੱਕ ਛਿੱਲੀ ਦੀ ਪਰਤ ਹੁੰਦੀ ਹੈ ਸੋ ਇਹ ਇੱਕ ਟਿਊਬਲਰ ਸ਼ੇਪ ਦੇ ਵਿੱਚ ਯਾਨੀ ਕਿ ਟਿਊਬਾਂ ਦੇ ਵਿੱਚ ਆਇਤਾਕਾਰ ਸ਼ੇਪ ਦੇ ਵਿੱਚ ਇਹ ਸਟਰਕਚਰ ਹੁੰਦਾ ਹੈ ਹਾਲਾਂਕਿ ਇਹਨਾਂ ਦੀ ਜਿਹੜੀ ਸ਼ੇਪ ਹੈ ਅਲੱਗ-ਅਲੱਗ ਸੈੱਲ ਦੇ ਵਿੱਚ ਆਪਣੇ ਫੰਕਸ਼ਨਜ਼ ਦੇ ਮੁਤਾਬਿਕ ਡਿਫਰੈਂਟ ਹੋ ਸਕਦੀ ਹੈ ਬਾਕੀ ਟਿਊਬਾਂ ਤੇ ਜਾਲਦੀ ਸ਼ੇਪ ਦੇ ਵਿੱਚ ਹੀ ਤੁਹਾਨੂੰ ਜਿਹੜਾ ਇਹ ਸੈੱਲ ਦੇ ਅੰਦਰ ਦਿਖਾਈ ਦਿੰਦਾ ਹੈ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਹੁੰਦਾ ਜੀ ਰਫ ਐਂਡੋਪਲਾਜ਼ਮਿਕ ਰੈਟੀਕੂਲਮ ਇੱਕ ਹੁੰਦਾ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਰਫ ਦੇ ਉੱਤੇ ਰਾਈਬੋਸੋਮਸ ਲੱਗੇ ਹੁੰਦੇ ਨੇ ਜੋ ਕਿ ਪ੍ਰੋਟੀਨ ਨੂੰ ਸਿੰਥਸਾਈਜ਼ ਕਰਨ ਦਾ ਕੰਮ ਕਰਦੇ ਨੇ ਤੇ ਈਆਰ ਉਹਨਾਂ ਨੂੰ ਜਿਹੜਾ ਹੈ ਸੈੱਲ ਦੇ ਵਿੱਚ ਜਿੱਥੇ-ਜਿੱਥੇ ਵੀ ਪ੍ਰੋਟੀਨ ਦੀ ਜ਼ਰੂਰਤ ਹੋਏਗੀ ਉੱਥੇ-ਉੱਥੇ ਪਹੁੰਚਾਉਣ ਦੇ ਵਿੱਚ ਹੈਲਪ ਕਰਦਾ ਹੈ ਤੇ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਜੋ ਹੁੰਦਾ ਜੀ ਉਹ ਲਿਪਿਡਸ ਤੇ ਫੈਟ ਮੋਲੀਕੂਲਸ ਬਣਾਉਣ ਦਾ ਕੰਮ ਕਰਦਾ ਹੈ ਤੇ ਇਹ ਜਿਹੜੀ ਲਿਪਿਡਸ ਤੇ ਫੈਟ ਮੋਲੀਕੂਲਸ ਨੇ ਪ੍ਰੋਟੀਨ ਨੇ ਇਹ ਚਿੱਲੀ ਨੂੰ ਯਾਨਕੀ ਪਲਾਜ਼ਮਾ ਮੈਂਬਰੇਨ ਨੂੰ ਸੈੱਲ ਚਿੱਲੀ ਨੂੰ ਬਣਾਉਣ ਦੇ ਵਿੱਚ ਹੈਲਪ ਕਰਦੇ ਨੇ ਤਾਂ ਇੱਕ ਤਰ੍ਹਾਂ ਦੇ ਨਾਲ ਜਿਹੜਾ ਐਂਡੋਪਲਾਜ਼ਮਿਕ ਰੈਟੀਕੂਲਮ ਦਾ ਕੰਮ ਹੋ ਗਿਆ ਜੀ ਉਹ ਟ੍ਰਾਂਸਪੋਰਟੇਸ਼ਨ ਦਾ ਕੰਮ ਹੋ ਗਿਆ ਜੋ डिफरेंट पार्ट्स ਤੱਕ ਸੈੱਲ ਦੇ ਇਹਨਾਂ ਪ੍ਰੋਟੀਨਸ ਨੂੰ ਲਿਪਿਡਸ ਨੂੰ ਪਹੁੰਚਾਉਣ ਦਾ ਕੰਮ ਕਰਦਾ ਹੈ ਪ੍ਰੋਟੀਨ ਔਰ ਲਿਪਿਡਸ ਦੇ ਨਾਲ ਜੋ ਮੈਂਬਰੇਨ ਬਿਲਡ ਹੁੰਦੀ ਹੈ ਸੈੱਲ ਮੈਂਬਰੇਨ ਬਿਲਡ ਹੁੰਦੀ ਹੈ ਉਸ ਪ੍ਰੋਸੈਸ ਨੂੰ ਮੈਂਬਰੇਨ ਬਾਇਓਜਨੈਸਿਸ ਦੀ ਪ੍ਰੋਸੈਸ ਕਿਹਾ ਜਾਂਦਾ ਹੈ ਕਾਫੀ ਇੰਪੋਰਟੈਂਟ ਟਰਮ ਹੈਗੀ ਹੈ ਇਸ ਤੋਂ ਇਲਾਵਾ ਜੋ ਤੋ ਗਰੁੱਪ ਆਫ ਐਨੀਮਲਸ ਕੋਲਡ ਵਰਟੀਬ੍ਰੇਟਸ ਤਾਂ ਜਿੰਨੇ ਵੀ ਰੀੜ ਧਾਰੀ ਜੰਤੂ ਹੁੰਦੇ ਆ ਉਹਨਾਂ ਦੇ ਲੀਵਰ ਸੈੱਲ ਦੇ ਵਿੱਚ ਤੁਹਾਨੂੰ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਦਿਖਾਈ ਦਿੰਦੇ ਆ ਉੱਤੇ ਉਹ ਡੀਟੌਕਸੀਫਾਈ ਜ਼ਹਿਰੀਲੀਆਂ ਚੀਜ਼ਾਂ ਦੇ ਵਿੱਚੋਂ ਉਹਨਾਂ ਨੂੰ ਜ਼ਹਿਰ ਮੁਕਤ ਕਰਨ ਦੇ ਵਿੱਚ ਜਿਹੜਾ ਇਹ ਕੰਮ ਕਰਦੇ ਨੇ ਰੀੜ ਧਾਰੀ ਜਿੰਨੇ ਵੀ ਜੰਤੂ ਹੁੰਦੇ ਨੇ ਉਹਨਾਂ ਲਈ ਇਹ ਕਾਫੀ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਜਿੰਨੇ ਵੀ ਟੌਕਸਿਕ ਚੀਜ਼ਾਂ ਜਿੰਨੇ ਵੀ ਪੋਇਜ਼ਨਸ ਟੀਜਾ ਉਹਨਾਂ ਦੇ ਸਰੀਰ ਦੇ ਵਿੱਚ ਰੰਦੀਆਂ ਨੇ ਉਹਨਾਂ ਦੇ ਵਿੱਚੋਂ ਜ਼ਹਿਰ ਮੁਕਤ ਕਰਨ ਦਾ ਕੰਮ ਇਹ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਫਸਟ ਡਿਸਕਵਰਡ ਬਾਈ ਕੈਮੀਲੋ ਗੋਲਜੀ ਯਾਨੀ ਕਿ ਇਹ ਸਾਇੰਟਿਸਟ ਦਾ ਨਾਮ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਡਿਸਕਵਰ ਕੀਤਾ ਸੀ ਤੇ ਕਨਸੈਪਟਸ ਆਫ ਸਿਸਟਮਸ ਆਫ ਮੈਂਬਰੇਨ ਬਾਉਂਡ ਵੈਸਲਸ ਤਾਂ ਇਹ ਵੀ ਮੈਂਬਰੇਨ ਬਾਉਂਡ ਵੈਸਲਸ ਹੈਗੀਆਂ ਨੇ ਤੁਸੀਂ ਹਰ ਇੱਕ ਨਿਕੜੇ ਅੰਗ ਦੇ ਆਲੇ ਦੁਆਲੇ ਉਹਨਾਂ ਦੀ ਮੈਂਬਰੇਨ ਉਹਨਾਂ ਦੀ ਚਿੱਲੀ ਤੁਹਾਨੂੰ ਦਿਖਾਈ ਦੇਗੀ ਪੰਜਾਬੀ ਵਿੱਚ ਇਸ ਨੂੰ ਗੋਲਜੀ ਕਾਈਆਂ ਕਿਹਾ ਜਾਂਦਾ ਹੈ ਤੇ ਇਹ ਗੋਲਜੀ ਕਾਈਆਂ ਚੀਨੀ ਨਾਲ ਖਿੜੀਆਂ ਹੋਈਆਂ ਥੈਲੀਆਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਇੱਕ ਦੂਸਰੇ ਦੇ ਉੱਤੇ ਸਮਾਂਤਰ ਰੂਪ ਵਿੱਚ ਪਈਆਂ ਹੁੰਦੀਆਂ ਨੇ ਜਿਸ ਨੂੰ ਸਿਸਟਰ ਨੇ ਕਹਿੰਦੇ ਹਨ ਤਾਂ ਆਪਾਂ ਤੁਹਾਨੂੰ ਦਿਖਾਇਆ ਸੀ ਸਿਸਟਰ ਨੇ ਕੀ ਹੁੰਦੇ ਨੇ ਜੋ ਇੱਕ ਦੂਸਰੇ ਦੇ ਉੱਪਰ ਜਿਹੜੇ ਸਟੈਕਸ ਦੇ ਰੂਪ ਵਿੱਚ ਇੱਕ ਇੱਕ ਦੂਸਰੇ ਦੇ ਉੱਪਰ ਤਿਹਾਂ ਦੇ ਰੂਪ ਵਿੱਚ ਪਏ ਹੁੰਦੇ ਨੇ ਥੀਜ਼ ਮੈਂਬਰਨਸ ਆਫਨ ਹੈਵ ਕਨੈਕਸ਼ਨਸ ਵਿਦ ਦਾ ਮੈਂਬਰਨਸ ਆਫ ਇਆਰ ਐਂਡ ਥੇਰਫੋਰ ਕਨਸਟੀਟਿਊਟਸ ਅਨਦਰ ਪੋਰਸ਼ਨ ਆਫ ਦਾ ਕੰਪਲੈਕਸ ਸੈਲੂਲਰ ਮੈਮਬ੍ਰੇਨ ਸਿਸਟਮ ਅਕਸਰ ਇਹ ਜਿਹੜਾ ਜੀ ਐਂਡੋਪਲਾਸਮਿਕ ਰੈਟਿਕੂਲਮ ਦੇ ਨਾਲ ਹੀ ਤੁਹਾਨੂੰ ਸੈੱਲ ਦੇ ਵਿੱਚ ਪਿਆ ਹੋਇਆ ਉਹਨਾਂ ਦੇ ਨਾਲ ਅਟੈਚ ਜਿਹੜਾ ਤੁਹਾਨੂੰ ਦਿਖਾਈ ਦੇਗਾ ਕੰਮ ਕੀ ਹੁੰਦਾ ਜੀ ਇਹ ਮਟੀਰੀਅਲ ਸਿੰਥੇਸਾਈਜ਼ਡ ਨੀਅਰ ਦਾ ਈਅਰ ਇਸ ਪੈਕੇਜਡ ਐਂਡ ਡਿਸਪੈਚਡ ਟੂ ਵੇਰੀਅਸ ਟਾਰਗੇਟਸ ਇਨਸਾਈਡ ਐਂਡ ਆਊਟਸਾਈਡ ਦਾ ਸੈੱਲ ਤੋਂ ਇੱਕ ਤਰੀਕੇ ਨਾਲ ਇਹਨਾਂ ਦਾ ਜੀ ਪੈਕਿੰਗ ਦਾ ਕੰਮ ਹੁੰਦਾ ਹੈ ਪੈਕਿੰਗ ਤੇ ਡਿਸਪੈਚ ਕਰਨ ਦਾ ਕੰਮ ਹੁੰਦਾ ਹੈ ਜਿੰਨਾ ਵੀ ਮਟੀਰੀਅਲ ਜੋ ਵੀ ਚੀਜ਼ਾਂ ਜਿਹੜੀਆਂ ਨੇ ਉਹ ਇਅਰ ਦੇ ਕੋਲ ਸਿੰਥੈਸਾਈਜ਼ ਹੁੰਦੀਆਂ ਨੇ ਬੰਦੀਆਂ ਨੇ ਉਹਨਾਂ ਨੂੰ ਪੈਕ ਕਰਕੇ ਡਿਸਪੈਚ ਕਰਨ ਦਾ ਕੰਮ ਜਿਹੜਾ ਹੈ ਉਹ ਗੋਲਜੀ ਬਾਡੀਜ਼ ਕਰਦੀਆਂ ਨੇ ਇਹ ਸੈੱਲ ਦੇ ਅੰਦਰ ਵੀ ਪਹੁੰਚ ਆਉਂਦੀਆਂ ਨੇ ਤੇ ਸੈੱਲ ਦੇ ਬਾਹਰ ਵੀ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਇਹ ਪਹੁੰਚਾਉਂਦੀਆਂ ਨੇ ਸੋ ਇਹਨਾਂ ਦਾ ਕੰਮ ਕੀ ਹੁੰਦਾ ਜੀ ਪਦਾਰਥਾਂ ਨੂੰ ਜਮਾ ਕਰਨਾ ਉਹਨਾਂ ਨੂੰ ਰੂਪਾਂਤਰਨ ਕਰਨਾ ਥੈਲੀਆਂ ਵਿੱਚ ਬੰਦ ਕਰਕੇ ਭੇਜਣਾ ਇਹਦੇ ਕੰਮਾਂ ਵਿੱਚ ਸ਼ਾਮਿਲ ਹੁੰਦਾ ਹੈ ਸਟੋਰੇਜ ਮੋਡੀਫਿਕੇਸ਼ਨ ਐਂਡ ਪੈਕੇਜਿੰਗ ਤੇ ਇਹ ਸਾਰੇ ਕੰਮ ਜਿਹੜੇ ਸਿੰਪਲ ਸ਼ੂਗਰਸ ਇਨ ਦਾ ਗੋਲਜੀ ਬੋਡੀਸ ਇਹ ਜਿਹੜੇ ਸ਼ੂਗਰ ਦੇ ਸਰਲ ਅਨੂਜਨ ਕਿ ਸਿੰਪਲ ਮੋਲੀਕਿਊਲਸ ਹੁੰਦੇ ਨੇ ਤਾਂ ਉਹਨਾਂ ਨੂੰ ਸ਼ੂਗਰ ਦੇ ਕੰਪਲੈਕਸ ਸਟਰਕਚਰ ਬਣਾਉਣ ਦਾ ਕੰਮ ਵੀ ਇਹੀ ਕਰਦੇ ਨੇ ਸਿੰਪਲ ਸ਼ੂਗਰ ਤੋਂ ਕੰਪਲੈਕਸ ਸਟਰਕਚਰ ਉਹਦਾ ਬਣਾ ਦਿੰਦੀਆਂ ਨੇ ਤਾਂ ਗੋਲਜੀ ਬੋਡੀਸ ਇਜ਼ ਆਲਸੋ ਇਨਵੋਲਵਡ ਇਨ ਦਾ ਫਾਰਮੂਲੇਸ਼ਨ ਆਫ ਲਾਈਜ਼ੋਸੋਮਸ ਤਾਂ ਗੋਲਜੀ ਬੋਡੀਸ ਦੇ ਵਿੱਚ ਹੀ ਜਿਹੜਾ ਲਾਈਜ਼ੋਸੋਮਸ ਵੀ ਬਣਾਇਆ ਜਾਂਦਾ ਹੈ ਇਟ ਇਜ਼ ਵੀ ਤੁਸੀਂ ਯਾਦ ਰੱਖਿਓ ਗੋਲਜੀ ਬੋਡੀਸ ਕਿਸ ਚੀਜ਼ ਦੇ ਵਿੱਚ ਹੈਲਪ ਕਰਦੀਆਂ ਨੇ ਲਾਈਜ਼ੋਸੋਮਸ ਦੀ ਫਾਰਮੇਸ਼ਨ ਦੇ ਵਿੱਚ ਲਾਈਜ਼ੋਸੋਮਸ ਨੂੰ ਬਣਾਉਣ ਦਾ ਕੰਮ ਕਰਦੀਆਂ ਨੇ ਸੋ ਇਹ ਸੀਗੀਆਂ ਜੀ ਗੋਲਜੀ ਬੋਡੀਸ ਇਨਾਂ ਦਾ ਆਪਾਂ ਤੁਹਾਨੂੰ ਦੱਸਿਆ ਜੀ ਕੰਮ ਕੀ ਹੈਗਾ ਇਹਨਾਂ ਦਾ ਕੰਮ ਪੈਕੇਜਿੰਗ ਕਰਨਾ ਹੈ ਸਟੋਰੇਜ ਕਰਨਾ ਹੈ ਤੇ ਡਿਸਪੈਚ ਕਰਨਾ ਹੈ ਇਸ ਲਈ ਇਸ ਨੂੰ ਟ੍ਰੈਫਿਕ ਪੁਲਿਸ ਆਫ ਦਾ ਸੈਲਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਹਰ ਇੱਕ ਚੀਜ਼ਾਂ ਨੂੰ ਹਰ ਇੱਕ ਮਟੀਰੀਅਲ ਨੂੰ ਡਾਇਰੈਕਸ਼ਨ ਦਿੰਦੀਆਂ ਨੇ ਕਿ ਉਹਨਾਂ ਨੇ ਕਿਸ ਤਰਫ ਜਾਣਾ ਹੈ ਇਸ ਲਈ ਇਸ ਨੂੰ ਟ੍ਰੈਫਿਕ ਪੁਲਿਸ ਆਫ ਦਾ ਸੈਲਵੀ ਕਿਹਾ ਜਾਂਦਾ ਹੈ ਇਸ ਨੂੰ ਤੁਸੀਂ ਯਾਦ ਰੱਖਿਓ ਕਈ ਵਾਰ ਐਗਜ਼ਾਮ 'ਚ ਇਦਾਂ ਵੀ ਪੁੱਛ ਲਿਆ ਜਾਂਦਾ ਹੈ ਕਿ ਕਿਹੜੇ ਆਰਗਨੈਲਲ ਨੂੰ ਟ੍ਰੈਫਿਕ ਪੁਲਿਸ ਕਿਹਾ ਜਾਂਦਾ ਹੈ ਜਾਂ ਗੋਲਜੀ ਬਾਡੀਜ਼ ਨੂੰ ਕੀ ਕਿਹਾ ਜਾਂਦਾ ਹੈ ਤੋ ਕਹਿ ਦੇਣਾ ਟ੍ਰੈਫਿਕ ਪੁਲਿਸ ਔਰ ਇਹ ਵੀ ਕੁਐਸਚਨ ਆ ਸਕਦਾ ਜੀ ਲ ਉਹਨਾਂ ਬਰਦਿਆਂ ਦੀ ਲਾਈਸੋਸੋਮਸ ਹਾਂਜੀ ਲਾਈਸੋਸੋਮਸ ਜੇਕਰ ਆਪਾਂ ਗੱਲ ਕਰੀਏ ਲਾਈโซਸੋਮਸ ਨੂੰ ਸਭ ਤੋਂ ਪਹਿਲਾਂ ਡਿਸਕਵਰ ਕੀਤਾ ਸੀ ਜੀ ਕ੍ਰਿਸਚਨ ਡੀ ਡੂਵੇ ਨੇ ਜਿਵੇਂ ਇੱਥੇ ਮੈਂਸ਼ਨ ਹੈਗਾ ਲਾਈโซਸੋਮਸ ਵੀ ਮੈਂਬਰੇਨ ਬਾਉਂਡ ਸੈਕਸ ਹੈ ਫਿਲਡ ਵਿਦ ਡਾਈਜੈਸਟਿਵ ਐਂਜ਼ਾਈਮਸ ਇਹਦੇ ਵਿੱਚ ਡਾਈਜੈਸਟਿਵ ਐਂਜ਼ਾਈਮਸ ਪਈ ਹੁੰਦੇ ਨੇ ਜਿਹਦੇ ਐਂਜ਼ਾਈਮਸ ਆਰ ਮੇਡ ਬਾਈ ਆਰ ਆਰ ਤਾਂ ਜਿਹੜਾ ਰਫ ਐਂਡੋਪਲਾਸਮਿਕ ਰੈਟੀਕੂਲਮ ਹੈ ਉਹ ਜਿਹੜਾ ਇਹ ਡਾਈਜੈਸਟਿਵ ਐਂਜ਼ਾਈਮਸ ਬਣਾਉਂਦਾ ਜੋ ਕਿ ਲਾਈโซਸੋਮਸ ਦੇ ਅੰਦਰ ਹੁੰਦੇ ਨੇ ਲਾਈโซਸੋਮਸ ਆਰ ਕਾਈਂਡ ਆਫ ਵੇਸਟ ਡਿਸਪੋਜ਼ਲ ਸਿਸਟਮ ਆਫ ਸੈਲ ਇਹ ਕੀ ਹੁੰਦਾ ਹੈ ਸੈੱਲ ਦੇ ਵਿੱਚ ਜਿੰਨਾ ਵੀ ਵੇਸਟ ਮਟੀਰੀਅਲ ਕਲੀਨ ਬਾਈ ਡੈਜਸਟਿੰਗ ਐਨੀ ਫੋਰਨ ਮਟੀਰੀਅਲ ਐਸ ਵੈਲ ਐਸ ਵੋਨ ਆਊਟ ਸੈਲ ਆਰਗਨੈਲਿਸ ਤਾਂ ਇਹਦਾ ਕੰਮ ਕੀ ਹੁੰਦਾ ਜਿੰਨਾ ਵੀ ਵੇਸਟ ਮਟੀਰੀਅਲ ਜਿਹੜਾ ਸੈਲ ਦੇ ਵਿੱਚ ਪਿਆ ਹੁੰਦਾ ਕੋਈ ਵੀ ਫੋਰਨ ਮਟੀਰੀਅਲ ਹੈ ਵੋਨ ਆਊਟ ਸੈਲ ਹੈ ਯਾਨੀ ਕਿ ਜਿਹੜਾ ਵੀ ਟੁੱਟਿਆ ਭੱਜਿਆ ਸੈਲ ਦੇ ਪਦਾਰਥ ਹੁੰਦੇ ਨੇ ਉਹ ਸਾਰਿਆਂ ਨੂੰ ਆਪਣੇ ਵਿੱਚ ਡੈਜੈਸਟ ਕਰ ਲੈਂਦਾ ਆਪਣੇ ਵਿੱਚ ਲੈ ਲੈਂਦਾ ਕੌਣ ਡੈਜੈਸਟ ਕਰਦਾ ਹੈ ਇਹਦੇ ਅੰਦਰ ਪਏ ਹੋਏ ਡਾਈਜੈਸਟਿਵ ਐਂਜ਼ਾਈਮਸ ਉਸ ਨੂੰ ਆਪਣੇ ਵਿੱਚ ਡੈਜੈਸਟ ਕਰ ਲੈਂਦੇ ਨੇ ਆਪਣੇ ਵਿੱਚ ਜਿਹੜਾ ਹੈ ਉਸ ਨੂੰ ਹজম ਕਰ ਲੈਂਦੇ ਨੇ ਤੇ ਹজম ਕਰਕੇ ਖੁਦ ਉਹ ਨਸ਼ਟ ਹੋ ਜਾਂਦਾ ਜਿਦੇ ਨਾਲ ਉਹ ਸਾਰਾ ਸਮਾਨ ਵੀ ਨਸ਼ਟ ਹੋ ਜਾਂਦਾ ਕਿਉਂਕਿ ਜਿਹੜਾ ਖੁਦ ਹੀ ਨਿਕੜਾ ਅੰਗ ਹੈ ਉਹ ਖਤਮ ਹੋ ਜਾਂਦਾ ਇਸ ਕਰਕੇ ਇਸ ਨੂੰ ਸੋਸਾਇਟਲ ਬੈਗਸ ਵੀ ਕਿਹਾ ਜਾਂਦਾ ਹੈ ਕਿ ਸਾਰੀ ਵੇਸਟੂਰ ਮਟੀਰੀਅਲ ਨੂੰ ਆਪਣੇ ਵਿੱਚ ਲੈ ਕੇ ਉਸ ਨੂੰ ਹজম ਕਰਕੇ ਖੁਦ ਹੀ ਨਸ਼ਟ ਹੋ ਜਾਂਦਾ ਹੈ ਇਸ ਲਈ ਇਸ ਨੂੰ ਸੋਸਾਇਟਲ ਬੈਗਸ ਵੀ ਕਿਹਾ ਜਾਂਦਾ ਹੈ ਲਾਈਜ਼ੋਜ਼ੋਮਸ ਆਰ ਏਬਲ ਟੂ ਡੂ Because they contain powerful digestive enzymes capable of breaking down all organic material. During the disturbance in cellular metabolism, for example, when the cells get damaged, lysosomes may burst and the enzymes digest their own cell. Therefore, lysosomes are also known as suicidal. ਬੈਗਸ ਲਾਈਸੋਜ਼ੋਮਸ ਇਹ ਸਭ ਕੁਝ ਤਾਂ ਕਰ ਪਾਉਂਦਾ ਹੈ ਕਿਉਂ ਕਿ ਇਹਨਾਂ ਦੇ ਵਿੱਚ ਜਿਹੜੇ ਡਾਈਜੈਸਟਿਵ ਐਂਜ਼ਾਈਮਸ ਪਏ ਜਾਂਦੇ ਨੇ ਸ਼ਕਤੀਸ਼ਾਲੀ ਪਾਚਨਕਾਰੀ ਐਂਜ਼ਾਈਮ ਹੁੰਦੇ ਨੇ ਜੋ ਇਹਨਾਂ ਸਾਰੇ ਕਾਰਬੋਨਿਕ ਪਦਾਰਥਾਂ ਨੂੰ ਤੋੜ ਦਿੰਦਾ ਹੈ ਤੇ ਉਹ ਜਿੰਨੇ ਵੀ ਮੈਟਾਬੋਲਿਜ਼ਮ ਯਾਨੀ ਕਿ ਜਿੰਨੇ ਵੀ ਜੈਵਿਕ ਪ੍ਰਕਿਰਿਆਵਾਂ ਹੁੰਦੀਆਂ ਨੇ ਉਹਨਾਂ ਵਿੱਚ ਜਦੋਂ ਵੀ ਰੁਕਾਵਟ ਪੈਨ ਕਰਕੇ ਸੈੱਲ ਦੀ ਕੋਈ ਟੁੱਟਪੱਜ ਹੁੰਦੀ ਹੈ ਤਾਂ ਉਹ ਲਾਈਸੋਜ਼ੋਮ ਜਿਹੜਾ ਹੈ ਖੁਦ ਹੀ ਫਟ ਜਾਂਦੇ ਨੇ ਤੇ ਜਿਹੜੇ ਇਹਨਾਂ ਦੇ ਐਂਜ਼ਾਈਮਸ ਹੁੰਦੇ ਨੇ ਉਹ ਖੁਦ ਹੀ ਆਪਣੇ ਸੈੱਲ ਦੇ ਜਿਹੜੇ ਪਦਾਰਥ ਹੁੰਦੇ ਨੇ ਉਹਨਾਂ ਨੂੰ ਆਪਣੇ ਵਿੱਚ ਹজম ਕਰ ਲੈਂਦੇ ਨੇ ਤੇ ਇਸੇ ਤਹਾਬ ਤੋਂ ਇਹ ਚੀਜ਼ ਕਲੀਅਰ ਹੋ ਗਈ ਹੋਏਗੀ ਜਿੰਨੇ ਵੀ ਟੁੱਟਪਾ ਜ ਕੋਈ ਵੇਸਟ ਮਟੀਰੀਅਲ ਹੈ ਉਹ ਲਾਈਸੋਸੋਮ ਦੇ ਅੰਦਰ ਆ ਜਾਂਦੇ ਹੈ ਲਾਈਸੋਸੋਮ ਖੁਦ ਹੀ ਫਟ ਜਾਂਦਾ ਹੈ ਤੇ ਇਹਦੇ ਜਿਹੜੇ ਐਨਜ਼ਾਈਮਸ ਨੇ ਡਾਈਜੈਸਟਿਵ ਐਨਜ਼ਾਈਮਸ ਨੇ ਉਹ ਆਪਣੇ ਸੈੱਲ ਦੇ ਟੁਕੜੇ ਨੇ ਇਸੇ ਦੇ ਜਿਹੜੇ ਭਾਗ ਹੁੰਦੇ ਨੇ ਇਸੇ ਜਿਹੜੇ ਪਦਾਰਥ ਹੁੰਦੇ ਨੇ ਉਹਨਾਂ ਨੂੰ ਡਾਈਜੈਸਟ ਕਰ ਲੈਂਦੇ ਨੇ ਇਸੇ ਲਈ ਇਸ ਨੂੰ ਸੋਸੀਡਲ ਬੈਗਸ ਕਿਆ ਹੁੰਦਾ ਯਾਨੀ ਕਿ ਆਤਮਗਾਤੀ ਪੋਟਲੀ ਕਿਆ ਹੁੰਦਾ ਹੈ ਔਰ ਲਾਈਸੋਸੋਮਸ ਕਿੱਥੇ ਬੰਦੇ ਨੇ ਇਹ ਗੋਲਜੀ ਬੋਡੀਜ਼ ਦੇ ਵਿੱਚ ਬੰਦੇ ਨੇ ਇਹਦੇ ਅੰਦਰ ਜੋ ਡਾਈਜੈਸਟਿਵ ਐਨਜ਼ਾਈਮਸ ਹੁੰਦੇ ਨੇ ਸ਼ਕਤੀਸ਼ਾਲੀ ਪਾਚਨਕਾਰੀ ਐਨਜ਼ਾਈਮਸ ਹੁੰਦੇ ਨੇ ਉਹ ਕਿੱਥੇ ਬੰਦੇ ਨੇ ਰਫ ਐਂਡੋਪਲਾਜ਼ਮਿਕ ਰੈਟੀਕੂਲਮ ਦੇ ਵਿੱਚ ਇਹ ਹੈਗਾ ਜੀ ਲਾਈਸੋਸੋਮਸ ਤੇ ਆ ਰੇਡੀਆ ਲਾਈਸੋਸੋਮਸ ਦਿਖਾਏ ਹੋਏ ਨੇ ਆ ਸਾਰੇ ਜੜੀਆਂ ਇਹਦੇ ਵਿੱਚ ਲਾਈਸੋਸੋਮਸ ਜਿਹੜੀਆਂ ਉਹ ਪਏ ਆ ਤੇ ਇਹੀ ਲਾਈਸੋਸੋਮ ਜਿਹਨੇ ਬਸਟ ਹੋ ਜਾਂਦੇ ਆ ਫਟ ਜਾਂਦੇ ਆ ਤੇ ਜਿੰਨਾ ਵੀ ਵੇਸ ਮਟੀਰੀਅਲ ਹੁੰਦਾ ਉਹ ਆਪਣੇ ਵਿੱਚ ਹੀ ਹਜਮ ਕਰਕੇ ਖਤਮ ਹੋ ਜਾਂਦਾ ਇਸ ਲਈ ਇਹਨਾਂ ਨੂੰ ਸੋਸਾਇਟਲ ਬੈਗਸ ਕਿਹਾ ਜਾਂਦਾ ਹੈ ਇਹ ਰੀਆਂ ਜੀ ਗੋਲਜੀ ਬੋਡੀਜ਼ ਇਹ ਰੀਆਂ ਆ ਸਾਰੀਆਂ ਗੋਲਜੀ ਬੋਡੀਜ਼ ਨੇ ਜਿਨ੍ਹਾਂ ਦਾ ਕੰਮ ਮੇਨ ਕੰਮ ਜਿਹੜਾ ਹੈ ਉਹ ਪੈਕੇਜਿੰਗ ਸਟੋਰੇਜ ਪੈਕੇਜਿੰਗ ਤੇ ਡਿਸਪੈਚ ਦਾ ਕੰਮ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਇਹਦੇ ਵਿੱਚ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਵੀ ਦਿਖ ਰਿਹਾ ਇੱਥੇ ਆ ਸ਼ੋਅ ਕੀਤਾ ਹੋਇਆ ਤੇ ਇਹ ਜਿਹੜੀ ਟਿਊਬ ਲਾਈਕ ਸਟਰਕਚਰ ਤੁਸੀਂ ਇੱਥੇ ਦੇਖ ਰਹੇ ਹੋ ਇਹ ਸਾਰਾ ਹੈਗਾ ਜੀ ਰਫ ਐਂਡੋਪਲਾਜ਼ਮਿਕ ਰੈਟੀਕੂਲਮ ਇਹ ਕੈਮਿਲੋ ਗੋਲਦੀ ਬਾਰੇ ਦੱਸਿਆ ਹੋਇਆ ਕਿ ਉਹਨਾਂ ਦਾ ਜਿਹੜਾ ਜਨਮ ਮ 1843 ਦੇ ਵਿੱਚ ਹੋਇਆ ਸੀ ਤੇ ਉਹਨਾਂ ਦੇ ਬਾਰੇ ਪੂਰਾ ਡਿਟੇਲ ਦੇ ਵਿੱਚ ਦਿੱਤਾ ਹੋਇਆ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲੇ ਸੀ 1906 ਦੇ ਵਿੱਚ ਤੇ ਉਹਨਾਂ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਹੋਈ ਤੁਸੀਂ ਸਕਰੀਨਸ਼ਾਟ ਲੈ ਕੇ ਇਸ ਨੂੰ ਪੜ੍ਹ ਸਕਦੇ ਹੋ ਆ ਗੱਲ ਕਰਦੇ ਜੀ ਮਾਈਟੋਕਾਂਡਰੀਆ ਬਾਰੇ ਇਸ ਨੂੰ ਪਾਵਰ ਸੈਲ ਦਾ ਸ਼ਕਤੀਕਰ ਵੀ ਕਿਹਾ ਜਾਂਦਾ ਹੈ ਇੱਕ ਰੋਡ ਸ਼ੇਪ ਆਰਗਾਨੇਲ ਹੁੰਦਾ ਹੈ ਬੌਂਡਡਡ ਬਾਈ ਟੂ ਮੈਂਬਰਨਸ ਇਹਦੇ ਵਿੱਚ ਮੈਂਬਰਨ ਹੁੰਦੀਆਂ ਲੇਕਿਨ ਇਹਦੇ ਵਿੱਚ ਦੋ ਮੈਂਬਰਨ ਹੁੰਦੀਆਂ ਇੱਕ ਆਊਟਰ ਮੈਂਬਰਨ ਹੁੰਦੀ ਹੈ ਪੋਰਸ ਹੁੰਦੀ ਹੈ ਇਹਦੇ ਵਿੱਚ ਇੱਕ ਇਨਰ ਮੈਂਬਰੇਨ ਹੁੰਦੀ ਹੈ ਜੋ ਕਿ ਡੀਪਲੀ ਫੋਲਡਡ ਹੁੰਦੀ ਆ ਆਪਾਂ ਤੁਹਾਨੂੰ ਇਹਦੀ ਸ਼ੇਪ ਜਿਹੜੀ ਹੈ ਸ਼ੋ ਕਰ ਦਿੰਨੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਹੈ ਆਹ ਜਿਹੜੀ ਸ਼ੇਪ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਡਬਲ ਮੈਂਬਰੇਨ ਇਹਦੇ ਵਿੱਚ ਸ਼ੋ ਕੀਤੀ ਹੋਈ ਹੈ ਤੇ ਇਹ ਜਿਹੜੀਆਂ ਸ਼ੇਪਸ ਨੇ ਇਹਨਾਂ ਨੂੰ ਹੀ ਮਾਈਟੋਕੋਂਡਰੀਆ ਕਿਹਾ ਜਾਂਦਾ ਹੈ ਇਹਦੀ ਇੱਕ ਬਾਹਰੀ ਪਰਤ ਹੈ ਜੋ ਕਿ ਪੋਰਸ ਹੁੰਦੀ ਹੈ ਯਾਨੀ ਕਿ ਉਹਦੇ ਵਿੱਚ ਛੇਕ ਹੁੰਦੇ ਨੇ ਤੁਹਾਨੂੰ ਇਹ ਚੀਜ਼ ਹੁਣ ਥੋੜੀ ਜ਼ਿਆਦਾ ਕਲੀਅਰ ਹੋ ਕੇ ਦਿਖਾਈ ਦੇ ਰਹੀ ਹੋएगी ਤੇ ਵਿੱਚ ਵਾਲੀ ਜੋ ਮੈਂਬਰੇਨ ਹੈਗੀ ਹੈ ਇਹ ਕਾਫੀ ਫੋਲਡਡ ਹੈ ਤੁਹਾਨੂੰ ਇਸ ਤਰ੍ਹਾਂ ਕਰਕੇ ਫੋਲਡੇਡ ਸ਼ੋ ਹੋ ਰਹੀ ਹੋएगी ਈਜ਼ ਦੀ ਇਨਰ ਮੈਂਬਰੇਨ ਹੈ ਤੇ ਇਸ ਨੂੰ ਕਹਿੰਦੇ ਆ ਮਾਈਟੋਕਾਂਡਰੀਆ ਇਸ ਨੂੰ ਪਾਵਰ ਹਾਊਸ ਆਫ ਦਾ ਸੈੱਲ ਕਿਹਾ ਜਾਂਦਾ ਕਿਉਂਕਿ એનર્ਜੀ ਫਾਰਮੇਸ਼ਨ ਜਿਹੜੀ ਹੈ ਉਹ ਸੈੱਲ ਦੀ ਇੱਥੇ ਹੀ ਹੁੰਦੀ ਹੈ ਮਤਲਬ ਜਿਹੜੀ એનર્ਜੀ ਜਨਰੇਟ ਹੁੰਦੀ ਹੈ ਯਾਨੀ ਕਿ ਜਿਹੜੀ ਸ਼ਕਤੀ ਜਨਰੇਟ ਹੁੰਦੀ ਹੈ ਊਰਜਾ ਜਨਰੇਟ ਹੁੰਦੀ ਹੈ ਉਹ ਇੱਥੇ ਹੀ ਹੁੰਦੀ ਹੈ ਤੇ ਇਹ ਜਿਹੜੀ ਡੀਪਲੀ ਫੋਲਡੇਡ ਜਿਹੜੀ ਤੁਹਾਨੂੰ ਮੈਂਬਰੇਨ ਦੇਖੀ ਹੈ ਇਹ ਉਸ ਨੂੰ ਸਰਫੇਸ ਪ੍ਰੋਵਾਈਡ ਕਰਦੀ ਹੈ ਤਾਂਕਿ ਇੱਥੇ ਜਿਹੜੀ ਵੱਧ ਤੋਂ ਵੱਧ ਸ਼ਕਤੀ ਜਿਹੜੀ ਜਨਰੇਟ ਹੋ ਸਕੇ ਸੈੱਲ ਦੀ ਜਿਹੜੀ ਸ਼ਕਤੀ ਹੈ ਊਰਜਾ ਐਡੀਨੋਸਾਈਨ ਟ੍ਰਾਈਫਾਸਫੇਟ ਤਾਂ ਏਟੀਪੀ ਦੀ ਫੁੱਲ ਫਾਰਮ ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛ ਲਈ ਜਾਂਦੀ ਹੈ ਤਾਂ એનર્ਜੀ ਜਿਹੜੀ ਸੈੱਲ ਦੇ ਵਿੱਚ ਜਨਰੇਟ ਹੁੰਦੀ ਹੈ ਉਹ ਏਟੀਪੀ ਫਾਰਮ ਦੇ ਵਿੱਚ ਜਨਰੇਟ ਹੁੰਦੀ ਹੈ ਏਟੀਪੀ ਨੂੰ ਹੀ ਜਿਹੜਾ ਐਨਰਜੀ ਕਰੰਸੀ ਵੀ ਕਿਹਾ ਜਾਂਦਾ ਹੈ ਆਫ ਦਾ ਸੈਲ ਕਿਉਂਕਿ ਸੈਲ ਜਿਹੜੀ એનર્ਜੀ ਉਹ ATP ਫਾਰਮ ਦੇ ਵਿੱਚ ਜਨਰੇਟ ਹੁੰਦੀ ਹੈ ਸੋ ATP ਸੈਲ ਊਰਜਾ ਦਾ ਸਰੋਤ ਹੁੰਦਾ ਹੈ ਸਰੀਰ ਦੇ ਜਿੰਨੇ ਵੀ ਰਸਾਇਣਿਕ ਯੋਗਿਕ ਬਣਾਉਣ ਲਈ ਤੇ ਯੰਤ੍ਰਿਕ ਕੰਮਾਂ ਲਈ ATP ਵਿੱਚ ਜਮਾ ਕੀਤੀ ਊਰਜਾ ਨੂੰ ਹੀ ਵਰਤਦਾ ਸੋ ਬੋਡੀ ਜਿਹੜੀ ਹੁੰਦੀ ਉਹ ATP ਨੂੰ ਜਿੰਨੇ ਵੀ ਕੈਮੀਕਲ ਕੰਪਾਉਂਡਸ ਬਣਾਉਣੇ ਨੇ ਜਿੰਨੇ ਵੀ ਮੈਕੈਨੀਕਲ ਵਰਕ ਕਰਨੇ ਨੇ ਉਹ ਸਾਰਿਆਂ ਦੇ ਵਾਸਤੇ ਇਸੇ ATP એનર્ਜੀ ਨੂੰ ਯੂਜ਼ ਕਰਦਾ ਸੋ ਮਾਈਟੋਕਾਂਡਰੀਆ ਅ ਸਟ੍ਰੇਂਜ ਆਰਗਨੈਲ ਇਨ ਦਾ ਸੈਂਸ ਦੈਟ ਦੇ ਹੈਵ देयर ਓਨ ਡੀਐਨਏ ਐਂਡ ਰਾਈਬੋਸੋਮਸ ਇਹ ਕਾਫੀ ਇੰਪੋਰਟੈਂਟ ਪੁਆਇੰਟ ਹੈ ਅਕਸਰ ਇਸ ਤੇ ਕੁਐ DNA ਤੇ ਆਪਣਾ রাইਬੋਸੋਮਸ ਹੈ ਤਾਂ ਮਾਈਟੋਕਾਂਡਰੀਆ ਦਾ ਅਨਸਰ ਹੈ ਮਾਈਟੋਕਾਂਡਰੀਆ ਕੋਲ ਆਪਣਾ DNA ਹੈ ਤੇ ਆਪਣਾ রাইਬੋਸੋਮਸ ਹੁੰਦੇ ਹੈ ਮਾਈਟੋਕਾਂਡਰੀਆ આર ایبل ਟੂ ਮੇਕ ਸਮ ਆਫ देयर ओन ਪ੍ਰੋਟੀਨਸ ਕਿਉਂਕਿ ਉਹਦੇ ਕੋਲ রাইਬੋਸੋਮਸ ਹੈ اور রাইਬੋਸੋਮਸ ਤੁਹਾਨੂੰ ਪਤਾ ਹੈ ਜੀ ਇਹੇ ਕੰਮ ਕਰਦਾ ਹੈ ਪ੍ਰੋਟੀਨ ਬਣਾਉਂਦਾ ਜਿਹੜਾ ਮਾਈਟੋਕਾਂਡਰੀਆ ਹੈ ਉਹ ਆਪਣਾ ਕੁਝ ਪ੍ਰੋਟੀਨ ਬਣਾ ਪਾਉਂਦਾ ਤੇ ਨਾਲ ਹੀ ਆਪਣਾ ਉਹਦੇ ਕੋਲ DNA ਵੀ ਹੁੰਦਾ ਹੈ ਰੋਡ ਸ਼ੇਪਡ ਆਰਗਨੈਲ ਹੈ ਆਊਟਰ ਮੈਂਬਰੇਨ ਹੁੰਦੀ ਹੈ ਸਮੂਥ ਹੁੰਦੀ ਹੈ ਤੇ ਪੋਰਸ ਹੁੰਦੀ ਹੈ ਛੇਕ ਹੁੰਦੇ ਨੇ ਉਸ ਚ ਇਨਰ ਮੈਂਬਰੇਨ ਕਾਫੀ ਡੀਪ ਫੋਲਡਡ ਹੁੰਦੀ ਹੈ એનર્ਜੀ ਜਨਰੇਟ ਹੁੰਦੀ ਹੈ ਇੱਥੇ ਉਹ ਹੈਗੇ ਜੀ ATP ATP ਦੀ ਫੁੱਲ ਫਾਰਮ ਆਪਾਂ ਤੁਹਾਨੂੰ ਦੱਸੀ ਹੈ ਐਡੀਨੋਸਾਈਨ ਟ੍ਰਾਈਫਾਸਫੇਟ ਇਸ ਨੂੰ એનર્ਜੀ ਕਰੰਸੀ ਵੀ ਕਿਹਾ ਜਾਂਦਾ ਹੈ ਮਾਈਟੋਕੋਂਡਰੀਆ ਕੋਲ ਆਪਣਾ DNA ਤੇ ਆਪਣਾ ਰਾਈਬੋਸੋਮਸ ਹੁੰਦੇ ਹੈ ਇਸ ਕਰਕੇ ਇਹ ਆਪਣਾ ਪ੍ਰੋਟੀਨ ਵੀ ਬਣਾ ਸਕਦੇ ਹੈ ਇਸ ਨੂੰ ਪਾਵਰ ਹਾਊਸ ਆਫ ਦਾ ਸੈੱਲ ਕਿਹਾ ਜਾਂਦਾ ਹੈ ਹਾਂ ਜੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਵੈਕਿਊਲ ਬਾਰੇ ਜਿਸ ਨੂੰ ਪੰਜਾਬੀ ਦੇ ਵਿੱਚ ਰਸਤਾਨੀਆਂ ਕਿਹਾ ਜਾਂਦਾ ਹੈ ਫਲੂਇਡ ਫਿਲਮ ਮੈਂਬਰੇਨ ਬਾਉਂਡਡ ਸੈਕਸ ਹੁੰਦੇ ਨੇ ਇਜ਼ੀ ਵੈਕਿਊਲਸ ਆਰ ਸਟੋਰੇਜ ਸੈਕਸ ਫੋਰ ਸੋਲਿਡ ਐਂਡ ਲਿਕਵਿਡ ਕੰਟੈਂਟਸ ਤਾਂ ਸੋਲਿਡ অর ਲਿਕਵਿਡ ਕੰਟੈਂਟ ਨੂੰ ਸਟੋਰੇਜ ਸਟੋਰ ਕਰਨ ਦਾ ਕੰਮ ਕਰਦੇ ਆਂ ਐਨੀਮਲ ਸੈਲ ਦੇ ਵਿੱਚ ਇਹਨਾਂ ਦਾ ਜਿਹੜਾ ਸਾਈਜ਼ ਹੁੰਦਾ ਕਾਫੀ ਛੋਟਾ ਹੁੰਦਾ ਤੇ ਕਈ ਨੰਬਰ ਜਿਹੜੇ ਹਨ ਕਈ ਹੁੰਦੇ ਨੇ ਨੰਬਰ ਆਫ ਵੈਕਿਊਲ ਸੈਲ ਦੇ ਵਿੱਚ ਕਾਫੀ ਪਾਏ ਜਾਂਦੇ ਨੇ ਲੇਕਿਨ ਸਾਈਜ਼ ਜਿਹੜਾ ਛੋਟਾ ਹੁੰਦਾ ਹੈ ਲੇਕਿਨ ਪ ਸੋ ਸੈਂਟਰਲ ਵੈਕਿਊਲ ਆਫ ਸਮ ਪਲਾਂਟ ਸੈਲਸ ਮੀ ਓਕੂਪਾਈ 50 ਟੂ 90 ਪਰਸੈਂਟ ਆਫ ਦਾ ਸੈਲ ਵੋਲਿਊਮ ਤਾਂ ਇੰਨਾ ਬੜਾ ਹੁੰਦਾ ਕਿ ਸੈੱਲ ਦੇ ਵਿੱਚ ਮੇਨਲੀ ਜਿਹੜੀ ਸਪੇਸ ਹੈ 50 ਤੋਂ 90 ਪ੍ਰਤੀਸ਼ਤ ਉਹ ਵੈਕਿਊਲਸ ਨੇ ਹੀ ਘੇਰੀ ਹੁੰਦੀ ਹੈ ਸਾਰੇ ਐਨੀਮਲ ਸੈਲਸ ਦੇ ਕੋਲ ਵੈਕਿਊਲਸ ਜਿਹੜਾ ਉਹ ਨਹੀਂ ਹੁੰਦਾ ਪਲਾਂਟਸ ਦੇ ਵਿੱਚ ਇਲਾਰਜ ਸਾਈਜ਼ ਦਾ ਹੁੰਦਾ ਤੇ ਇਸੀ ਜਿਹੜੀ ਮੈਂਬਰੇਨ ਹੁੰਦੀ ਹੈ ਉਸ ਨੂੰ ਟੋਨੋਪਲਾਸਟ ਕਿਹਾ ਜਾਂਦਾ ਹੈ ਇਹ ਤੁਸੀਂ ਯਾਦ ਰੱਖਿਓ ਇਸ ਤੇ ਕੁਐਸਚਨ ਅਕਸਰ ਪੁੱਛਿਆ ਜਾਂਦਾ ਹੈ ਕਿਸ ਦੀ ਮੈਂਬਰੇਨ ਦਾ ਨਾਮ ਕੀ ਹੈ ਉਹ ਹੈਗਾ ਜੀ ਟੋਨੋਪਲਾਸਟ T O N O P L A S T तो प्लास्ट। की है कि प्लांट सैल रिजिडिटी प्रोवाइड करता है स्टोरेज ऑफ अमीनो एसिड शुगर से प्रोटीन स्टोर करने का काम करता है इस चीज़ को याद रखना अमीनो एसिड शुगर प्रोटीन स्टोरेज का मेनज का काम है रिजिडिटी प्रोवाइड करने का काम है और एनीमल सैल की अगर पा गल कर लिए एनीमल सैल्च वॉटर बैलेंस मेनटेन करके रखता है ਜਿੰਨਾ ਵੀ ਐਕਸੈਸ ਵਾਟਰ ਹੁੰਦਾ ਉਸ ਨੂੰ ਐਕਸਪੈਲ ਕਰ ਦਿੰਦਾ ਹੈ ਬਾਹਰ ਕਰ ਦਿੰਦਾ ਹੈ ਇਹ ਐਨੀਮਲ ਸੈਲ ਦੇ ਵਿੱਚ ਅਗਰ ਪ੍ਰੋਟੋਜ਼ੋਆ ਦੀ ਗੱਲ ਕਰ ਲਈਏ ਤਾਂ ਉੱਥੇ ਵੇਸਟ ਮਟੀਰੀਅਲ ਨੂੰ ਬਾਹਰ ਕਰਨ ਦਾ ਕੰਮ ਕਰਦਾ ਹੈ ਅਗਰ ਅਮੀਬਾ ਦੀ ਗੱਲ ਕਰ ਲਈਏ ਤਾਂ ਨਿਊਟ੍ਰੀਐਂਟਸ ਨੂੰ ਜਿਹੜਾ ਹੈ ਆਪਣੇ ਵਿੱਚ ਸਟੋਰ ਕਰਨ ਦਾ ਕੰਮ ਕਰਦਾ ਹੈ ਤਾਂ ਮੇਨਲੀ ਇਹਦਾ ਸਟੋਰੇਜ ਦਾ ਕੰਮ ਹੈ ਪਲਾਂਟ ਸੈਲ ਦੇ ਵਿੱਚ ਦੇਖੇ ਤਾਂ ਰਿਜਿਡਿਟੀ ਵੀ ਪ੍ਰੋਵਾਈਡ ਕਰਦਾ ਹੈ ਤੇ ਨਾਲ ਹੀ ਇਹ ਐਨੀਮਲ ਸੈਲ ਦੇ ਵਿੱਚ ਵਾਟਰ ਬੈਲੈਂਸ ਨੂੰ ਮੇਨਟੇਨ ਕਰਕੇ ਰੱਖਦਾ ਹੈ ਔਰ ਅਮੀਬਾ ਦੀ ਗੱਲ ਕਰ ਲਈਏ ਤਾਂ ਕੁਝ ਫੂਡ ਆਈਟਮਸ ਨੂੰ ਉੱਥੇ ਸਟੋਰ ਕਰਦਾ ਹੈ ਹਾਂਜੀ ਐਨੀਮਲ ਸੈੱਲ ਦੀ ਅੱਪਰ ਗੱਲ ਕਰੀਏ ਤਾਂ ਐਨੀਮਲ ਸੈੱਲ ਦੇ ਸਾਰੇ ਹੀ ਜਿੰਨੇ ਨਿਕੜੇ ਅੰਗ ਨੇ ਆਪਾਂ ਉਹਨਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਸਭ ਤੋਂ ਪਹਿਲਾਂ ਆਪਾਂ ਸੈੱਲ ਮੈਂਬਰੇਨ ਦੇਖੀ ਜੋ ਕਿ ਬਾਹਰੀ ਪਰਤ ਸੀ ਜਿਸ ਨੂੰ ਪਲਾਜ਼ਮਾ ਮੈਂਬਰੇਨ ਜਾਂ ਸੈੱਲ ਚਿੱਲੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਉਸ ਦੇ ਅੰਦਰ ਅਗਰ ਆਪਾਂ ਜਾਈਏ ਤਾਂ ਆਪਾਂ ਨੂੰ ਉਹਦੇ ਵਿੱਚ ਸਾਈਟੋਪਲਾਜ਼ਮ ਜੈਲੀ ਲਾਈਕ ਸਬਸਟੈਂਸ ਮਿਲਦਾ ਹੈ ਜਿਸ ਨੂੰ ਸੈੱਲ ਦਰਵ ਕਿਹਾ ਜਾਂਦਾ ਹੈ ਉਸ ਦੇ ਵਿੱਚ ਇੱਕ ਕੇਂਦਰਕ ਹੁੰਦਾ ਨਿਊਕਲੀਅਸ ਹੁੰਦਾ ਹੈ ਤੇ ਨਿਊਕਲੀਅਸ ਦੇ ਵਿੱਚ ਕਰੋਮੇਟਿਨ ਕਰੋਮੋਸੋਮਸ ਡੀਐਨਏ ਉਹ ਸਭ ਚੀਜ਼ਾਂ ਆਪਾਂ ਪੜੀਆਂ ਤੇ ਉਸ ਤੋਂ ਬਾਅਦ ਅਨੀਮਲ ਸੈੱਲ ਦੇ ਵਿੱਚ ਦੇਖੀ ਦੇਖੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦਵਾਂ ਇਹ ਪਲਾਂਟ ਸੈੱਲ ਦੇ ਵਿੱਚ ਵੀ ਪਾਏ ਜਾਂਦੇ ਨੇ ਤਾਂ ਪਲਾਂਟ ਸੈੱਲ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਲੇਕਿਨ ਪਲਾਂਟ ਸੈੱਲ ਦੇ ਵਿੱਚ ਕੁਝ ਚੀਜ਼ਾਂ ਹੋਰ ਵੀ ਨੇ ਜੋ ਐਕਸਟਰਾ ਤੋਂ ਪਾਈਆਂ ਜਾਂਦੀਆਂ ਨੇ ਉਹਦੇ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਆਪਾਂ ਅਨੀਮਲ ਸੈੱਲ ਦੇ ਵਿੱਚ ਦੇਖਿਆ ਸਭ ਤੋਂ ਬਾਹਰੀ ਪਰਤ ਨੂੰ ਸੈੱਲ ਛਿੱਲੀ ਜਾਂ ਪਲਾਜ਼ਮਾ ਮੈਂਬਰੇਨ ਕਿਹਾ ਜਾਂਦਾ ਹੈ ਲੇਕਿਨ ਪਲਾਂਟ ਦੇ ਵਿੱਚ ਸਭ ਤੋਂ ਬਾਹਰੀ ਪਰਤ ਜਿਹੜੀ ਹੈ ਇੱਕ ਹੋਰ ਪਰਤ ਹੁੰਦੀ ਹੈ ਜਿਸ ਨੂੰ ਸੈੱਲ ਵਾਲ ਕਿਹਾ ਜਾਂਦਾ ਹੈ ਜਿਸ ਨੂੰ ਸੈੱਲ ਕੰਦ ਵੀ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਹਾਂਜੀ 에ਰੀਆ ਸੈਲ ウォਲ ਤੇ ਸਿਰਫ ਔਰ ਸਿਰਫ 5 ਸਾਲ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਸਭ ਤੋਂ ਬਾਹਰਲੀ ਪਰਤ ਹੁੰਦਾ ਉਸ ਨੂੰ ਰਿਜਿਡਿਟੀ ਯਾਨੀ ਕਿ ਉਸ ਨੂੰ ਮਜ਼ਬੂਤੀ ਪ੍ਰੋਵਾਈਡ ਕਰਨ ਦੇ ਵਿੱਚ ਇਹ ਕੰਮ ਕਰਦਾ ਹੈ ਨੋਨ ਲਿਵਿੰਗ ਰਿਜਿਡ ਤੇ ਫੁਲੀ ਪਰਮੀਏਬਲ ਹੁੰਦੀ ਹੈ ਹਾਂਜੀ ਇਹ ਤੁਸੀਂ ਚੀਜ਼ ਤੁਸੀਂ ਯਾਦ ਰੱਖਿਓ ਜਿੱਥੇ ਆਪਾਂ ਪਲਾਜ਼ਮਾ ਮੈਂਬਰੇਨ ਪੜ੍ਹੀ ਸੀ ਉਹ ਸਿਲੈਕਟਿਵਲੀ ਪਰਮੀਏਬਲ ਸੀ ਲੇਕਿਨ ਇਹ ਫੁਲੀ ਪਰਮੀਏਬਲ ਹੈ ਹਰ ਚੀਜ਼ ਨੂੰ ਅੰਦਰ ਬਾਹਰ ਜਾਣ ਦੇ ਵਿੱਚ ਅਲੋਅ ਕਰ ਦਿੰਦੀ ਹੈ ਨੋਨ ਲਿਵਿੰਗ ਹੈ ਇਹ ਤੇ ਰਿਜਿਡਿਟੀ ਪ੍ਰੋਵਾਈਡ ਕਰਦੀ ਹੈ ਇਹ ਸੈਲੂਲੋਸ ਤੋਂ ਬਣੀ ਹੁੰਦੀ ਹੈ ਜਿਵੇਂ ਆਪਾਂ ਸੈਲ ਮੈਂਬਰੇਨ ਪੜ੍ਹੀ ਸੀ ਉਹ ਪ੍ਰੋਟੀਨ ਔਰ ਲਿਪਿਡਸ ਦੀ ਬਣੀ ਹੁੰਦੀ ਹੈ ਇਹ ਸੈਲੂਲੋਸ ਤੋਂ ਬਣੀ ਹੁੰਦੀ ਹੈ ਇਹ ਕਾਫੀ ਇੰਪੋਰਟੈਂਟ ਪੁਆਇੰਟ ਹੈ ਜੀ ਤੇ ਇਹਦਾ ਫੰਕਸ਼ਨ ਕੀ ਹੈ ਸਟਰਕਚਰਲ ਸਟਰੈਂਥ ਪ੍ਰੋਵਾਈਡ ਕਰਦਾ ਹੈ ਪਲਾਂਟ ਨੂੰ ਯਾਨੀ ਕਿ ਮਜ਼ਬੂਤੀ ਪ੍ਰੋਵਾਈਡ ਕਰਦਾ ਹੈ ਤੇ ਨਾਲ ਹੀ ਇਹ ਪ੍ਰੀਵੈਂਟ ਕਰਦਾ ਹੈ ਬਸਟਿੰਗ ਆਫ ਸੈਲਸ ਇਨ ਹਾਈਪੋਟੋਨਿਕ ਸੋਲੂਸ਼ਨ ਹਾਈਪੋਟੋਨਿਕ ਸੋਲੂਸ਼ਨ ਬਾਰੇ ਆਪਾਂ ਡਿਟੇਲਸ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਤਾਂ ਹਾਈਪੋਟੋਨਿਕ ਸੋਲੂਸ਼ਨ ਦੇ ਵਿੱਚ ਜਿਹੜਾ ਸੈੱਲ ਹੈ ਉਹ ਬਰਸਟ ਨਾ ਹੋ ਜੇ ਉਸ ਚੀਜ਼ ਤੋਂ ਹੀ ਉਸਨੂੰ ਰੋਕਦਾ ਹੈ ਇਹ ਹੈਗਾ ਜੀ ਸੈਲਵੋਲ ਪਲਾਂਟ ਸੈਲ ਦੀ ਸਭ ਤੋਂ ਬਾਹਰੀ ਪਰਤ ਹੈ ਉਸ ਤੋਂ ਇਲਾਵਾ ਪਲਾਂਟ ਦੇ ਵਿੱਚ ਇੱਕ ਹੋਰ ਜਿਹੜਾ ਆਰਗਨੈਲ ਇਹ ਐਕਸਟਰਾ ਤੋਂ ਪਾਇਆ ਜਾਂਦਾ ਨਿਕੜੇ ਅੰਗ ਜਿਹੜੇ ਹੋਰ ਪਾਏ ਜਾਂਦੇ ਆ ਉਹ ਹੈਗਾ ਜੀ ਪਲਾਸਟਿਡ ਇਹ ਵੀ ਸਿਰਫ ਪਲਾਂਟ ਸੈਲ ਦੇ ਵਿੱਚ ਹੀ ਮੌਜੂਦ ਹੁੰਦੇ ਨੇ ਪਲਾਸਟਿਡ ਨੂੰ ਸਭ ਤੋਂ ਪਹਿਲਾਂ ਡਿਸਕਵਰ ਕੀਤਾ ਸੀ ਈ ਹੈਕਲ ਨੇ ਜਿਸ ਨੂੰ ਫਾਦਰ ਆਫ ਇਕੋਲੋਜੀ ਵੀ ਕਿਹਾ ਜਾਂਦਾ ਹੈ ਪਲਾਸਟਿਡ ਜਿਹੜੇ ਮੇਨਲੀ ਦੋ ਤਰ੍ਹਾਂ ਦੇ ਹੁੰਦੇ ਆਂ ਜੀ ਕਰੋਮੋਪਲਾਸਟ ਤੇ ਲਿਊਕੋਪਲਾਸਟ ਕਰੋਮੋਪਲਾਸਟ ਜਿਹੜਾ ਕਲਰਡ ਪਲਾਸਟਿਡ ਹੁੰਦਾ ਤੇ ਲਿਊਕੋਪਲਾਸਟ ਜਿਹੜਾ ਕਲਰ ਲੈਸ ਹੁੰਦਾ ਲਿਊਕੋ ਵਾਲਾ ਕਲਰ ਲੈਸ ਹੁੰਦਾ ਇਹਦਾ ਮੇਨ ਕੰਮ ਜਿਹੜਾ ਸਟੋਰੇਜ ਦਾ ਕੰਮ ਹੁੰਦਾ ਹੈ ਸੈੱਲ ਦੇ ਵਿੱਚ ਫੂਡ ਨੂੰ ਸਟੋਰ ਕਰਨ ਦਾ ਕੰਮ ਕਰਦਾ ਫੋਰ ਐਗਜ਼ਾਮਪਲ ਸਟਾਰਚ ਆਇਲ ਪ੍ਰੋਟੀਨ ਇਹਨਾਂ ਸਾਰੀ ਚੀਜ਼ਾਂ ਨੂੰ ਸਟੋਰ ਕਰਨ ਦਾ ਕੰਮ ਕਰਦਾ ਉੱਥੇ ਹੀ ਜਿਹੜਾ ਕਰੋਮੋਪਲਾਸਟ ਹੈ ਕਰੋਮੋਪ ਕਲਰ ਹੁੰਦਾ ਹੈ ਇਹ ਕਲਰ ਪ੍ਰੋਵਾਈਡ ਕਰਨ ਦਾ ਕੰਮ ਕਰਦਾ ਹੈ ਔਰ ਇਹਦੇ ਵਿੱਚ ਇੱਕ ਪਿਗਮੈਂਟ ਹੁੰਦਾ ਹੈ ਪਿਗਮੈਂਟ ਹੁੰਦਾ ਜੀ ক্লোਰੋਫਿਲ ਤੁਸਨੂੰ ਕਿਹਾ ਜਾਂਦਾ ਹੈ ক্লোਰੋ लास्ट तो क्लोरोप्लास्ट आर इंपोर्टेंट फॉर फोटोसिंथेसिस के ग्रीन कलर भी प्रोवाइड करता है ए प्लांट के विच फोटोसिंथेसिस दा जड़ी प्रकाश सिंथेसिस दी प्रक्रिया ओदे विच हेल्प करता है क्लोरोप्लास्ट आल्सो कंटेन्स वेरियस येलोस और ऑरेंज पिगमेंट्स इन एडिशन टू द क्लोरोफिल सो क्लोरोप्लास्ट दे विचड़ा क्लोरोफिल हुंदा जो कि ग्रीन कलर प्रोवाइड करता है उस तो अलावा दे विच येलो और ऑरेंज और कलर दे पिगमेंट भी हुंदे हां जी इथे देखो लिखा होया दिस आर सिमिलर टू माइटोकांड्रिया इन एक्सटर्नल स्ट्रक्चर लाइक माइटोकांड्रिया प्लास्टिड्स आल्सो हैव देयर ओन डीएनए एंड राइबोसोम्स ਤab ਪਲਾਸਟਿਡ ਦੇ ਕੋਲ ਵੀ ਡੀਐਨਏ ਤੇ ਰਾਈਬੋਸੋਮਸ ਆਪਣੇ ਹੁੰਦੇ ਨੇ ਸੋ ਤੁਸੀਂ ਉੱਥੇ ਕੁਐਸਚਨ ਜਿਹੜਾ ਐਮਸੀਕਿਊਜ਼ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕੁਐਸਚਨ ਇਹ ਹੁੰਦਾ ਹੈ ਕਿ ਕਿਹੜੇ ਦੋ ਐਸੇ ਆਰਗਨੈਲਸ ਹੈ ਜਿਨ੍ਹਾਂ ਕੋਲ ਆਪਣਾ ਡੀਐਨਏ ਤੇ ਰਾਈਬੋਸੋਮਸ ਪਾਈ ਹੁੰਦੇ ਨੇ ਤਾਂ ਉਹਨਾਂ ਦਾ ਆਨਸਰ ਹੈ ਜੀ ਇੱਕ ਹੈ ਮਾਈਟੋਕੋਂਡਰੀਆ ਤੇ ਦੂਸਰਾ ਹੈ ਪਲਾਸਟਿਡਸ ਮਾਈਟੋਕੋਂਡਰੀਆ ਪਲਾਂਟ অর ਐਨੀਮਲ ਸੈੱਲ ਦੋਨਾਂ ਦੇ ਵਿੱਚ ਪਾਇਆ ਜਾਂਦਾ ਹੈ ਲੇਕਿਨ ਪਲਾਸਟਿਡ ਸਿਰਫ ਪਲਾਂਟ ਸੈੱਲ ਦੇ ਵਿੱਚ ਪਾਇਆ ਜਾਂਦਾ ਪਲਾਸਟਿਡ ਨੂੰ ਅਗਰ ਆਪਾਂ ਸਮ ਅਪ ਕਰਨ ਦੀ ਕੋਸ਼ਿਸ਼ ਕਰੀਏ ਦੋ ਤਰ੍ਹਾਂ ਦੇ ਪਲਾਸਟਿਡਸ ਟੇਲਿ ਕੋਪਲਾਸਟ ਲੀਕੋਪਲਾਸਟ ਜੋ ਹੁੰਦਾ ਉਹ ਕਲਰਲੈਸ ਹੁੰਦਾ ਹੈ ਜਿਸ ਦਾ ਮੇਨ ਕੰਮ ਸਟੋਰੇਜ ਦਾ ਹੁੰਦਾ ਹੈ ਕਰੋਮੋਪਲਾਸਟਿਕਾ ਕਲਰਡ ਪਲਾਸਟਿਡ ਹੈ ਜੋ ਕਿ ਕਲਰ ਪ੍ਰੋਵਾਈਡ ਕਰਨ ਦਾ ਕੰਮ ਕਰਦੇ ਹਨ ਇਸ ਦੇ ਵਿੱਚ ਪਿਗਮੈਂਟ ਹੁੰਦਾ ਹੈ ਕਲੋਰੋਫਿਲ ਜਿਸ ਨੂੰ ਕਲੋਰੋਪਲਾਸਟ ਕਿਹਾ ਜਾਂਦਾ ਹੈ ਕਲੋਰੋਪਲਾਸਟ ਦੇ ਵਿੱਚ ਕਲੋਰੋਫਿਲ ਦੇ ਨਾਲ ਨਾਲ ਯੈਲੋ ਤੇ ਔਰੇਂਜ ਕਲਰ ਦੇ ਪਿਗਮੈਂਟ ਵੀ ਪਏ ਜਾਂਦੇ ਨੇ ਤੇ ਇਹ ਫੋਟੋਸਿੰਥੇਸਿਸ ਦੇ ਵਿੱਚ ਯਾਨੀ ਕਿ ਪ੍ਰਕਾਸ਼ ਸੰਸਲੇਸ਼ਨ ਦੇ ਵਿੱਚ ਹੈਲਪ ਕਰਦੇ ਨੇ ਕਿਚਨ ਆਫ ਦਾ ਸੈਲ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਹੀ ਜਿਹੜਾ ਪੌਦਿਆਂ ਆਪਣਾ ਭੋਜਨ ਬਣਾ ਰਹੇ ਨੇ ਪ੍ਰਕਾਸ਼ ਸੰਸਲੇ ਤੇ ਪਲਾਸਟਿਡ ਤੇ ਮਾਈਟੋਕਾਂਡਰੀਆ ਦੋਨੋਂ ਹੀ ਐਸੀ ਆਰਗਨੈਲੀਆਂ ਜਿਨ੍ਹਾਂ ਕੋਲ ਆਪਣਾ ਆਪਣਾ ਡੀਐਨਏ ਤੇ ਰਾਈਬੋਸੋਮਸ ਹੁੰਦੇ ਨੇ ਤੇ ਰਾਈਬੋਸੋਮਸ ਹੋਣ ਦੇ ਕਰਕੇ ਉਹ ਆਪਣਾ ਪ੍ਰੋਟੀਨ ਵੀ ਜਿਹੜਾ ਬਣਾ ਸਕਦੇ ਨੇ ਹੁਣ ਆਪਾਂ ਪੜ੍ਹਨੇ ਰਾਈਬੋਸੋਮਸ ਪਰ ਇਹ ਰਾਈਬੋਸੋਮ ਡਿਸਕਵਰ ਕੀਤਾ ਸੀ ਪੈਲੇਡ ਨੇ ਪੈਲੇਡ ਇੱਕ ਸਾਇੰਟੀਸਟ ਦਾ ਨਾਮ ਹੈ ਜਿਸ ਨੇ ਹੀ ਸਭ ਤੋਂ ਪਹਿਲਾਂ ਰਾਈਬੋਸੋਮਸ ਨੂੰ ਫਾਈਂਡ ਕੀਤਾ ਸੀ ਡਿਸਕਵਰ ਕੀਤਾ ਸੀ ਇਹ ਆਰਐਨਏ ਤੇ ਪ੍ਰੋਟੀਨ ਦੇ ਬਣੇ ਹੁੰਦੇ ਨੇ ਤੇ ਸਭ ਤੋਂ স্মੋਲੇਸਟ ਆਰਗਨੈਲੇ ਹੁੰਦੇ ਨੇ ਬਹੁਤ ਹੀ ਛੋਟੇ ਹੁੰਦੇ ਨੇ ਸੈੱਲ ਦੇ ਵਿੱਚ ਤੇ ਨਾਲ ਹੀ ਇਹ ਪ੍ਰੋਟੀਨ ਨੂੰ ਸਿੰਥਸਾਈਜ਼ ਕਰਨ ਦਾ ਯਾਨੀ ਕਿ ਪ੍ਰੋਟੀ ਫੈਕਟਰੀ ਆਫ ਪ੍ਰੋਟੀਨ ਵੀ ਕਿਹਾ ਜਾਂਦਾ ਕਿਉਂਕਿ ਸੈੱਲ ਦੇ ਵਿੱਚ ਪ੍ਰੋਟੀਨ ਬਣਾਉਂਦਾ ਕੰਮ ਇਹੀ ਕਰਦੇ ਨੇ ਕਈ ਵਾਰ ਕੁਸ਼ਣ ਇਸ ਤਰ੍ਹਾਂ ਪੁੱਛ ਲਿਆ ਜਾਂਦਾ ਫੈਕਟਰੀ ਆਫ ਪ੍ਰੋਟੀਨ ਕਿਸ ਨੂੰ ਕਿਹਾ ਜਾਂਦਾ ਤਾਂ ਉਹ ਰਾਈਬੋਸੋਮਸ ਹੁੰਦੇ ਨੇ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਪਲਾਂਟ ਸੈੱਲ ਤੇ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇੱਥੇ ਗ੍ਰੀਨ ਕਲਰ ਦੀ ਸਭ ਤੋਂ ਬਾਹਰਲੀ ਪਰਤ ਜਿਹੜੀ ਹੈ ਉਸ ਨੂੰ ਕਿਹਾ ਜਾਂਦਾ ਜੀ ਸੈੱਲ ਵਾਲ ਤੇ ਸੈੱਲ ਵਾਲ ਦੇ ਅੰਦਰਲੀ ਸਾਈਡ ਇੱਥੇ ਪਾਈ ਜਾਂਦੀ ਹੈ ਜੀ ਪਲਾਜ਼ਮਾ ਮੈਂਬਰੇਨ ਤੇ ਤੁਸੀਂ ਦੇਖ ਸਕਦੇ ਹੋ ਅੰਦਰ ਵਾਲੀ ਲਾਈਨ ਨੂੰ ਜਿਹੜਾ ਉਹ ਪਲਾਜ਼ਮਾ ਮੈਂਬਰੇਨ ਲਿਖਿਆ ਗਿਆ ਉਸ ਤੋਂ ਬਾਅ ਤੇ ਇਹ एरिया ਜਿਹੜੀ ਮੈਂਸ਼ਨ ਨਿਊਕਲੀਅਸ ਨਿਊਕਲੀਅਸ ਦੇ ਆਸ-ਪਾਸ ਜਿਹੇ ਤੁਹਾਨੂੰ ਰਫ ਐਂਡੋਪਲਾਸਮਿਕ ਰੈਟੀਕੂਲਮ ਤੇ ਸਮੂਥ ਇਅਰ ਜਿਹੜਾ ਇੱਥੇ ਮਿਲ ਜਾਏਗਾ ਨਾਲ ਹੀ ਇੱਥੇ ਲਾਈਬੋਸੋਮਸ ਵੀ ਜਿਹੜਾ ਸ਼ੋ ਕੀਤਾ ਗਿਆ ਮਾਈਟੋਕਾਂਡਰੀਆ ਵੀ ਜਿਹੜਾ ਇਸ ਦੇ ਵਿੱਚ ਪਾਇਆ ਜਾਂਦਾ ਤੇ ਰਾਈਬੋਸੋਮਸ ਵੀ ਇਸ ਦੇ ਵਿੱਚ ਪਏ ਜਾਂਦੇ ਨੇ ਨਾਲ ਹੀ ਗੋਲਜੀ ਬੋਡੀਜ਼ ਵੀ ਇਸ ਦੇ ਵਿੱਚ ਪਈਆਂ ਨੇ ਸਾਈਟੋਪਲਾਜ਼ਮ ਜਿਹੜਾ ਪੂਰੇ ਸੈੱਲ ਦੇ ਵਿੱਚ ਫਲੂਇਡ ਲਾਈਕ ਸਟਰਕਚਰ ਹੁੰਦਾ ਤੇ ਇਸ ਤੋਂ ਬਾਅਦ ਜਿਹੜਾ ক্লোਰੋਪਲਾਸਟ ਜਿਹੜਾ ਤੁਸੀਂ ਦੇਖ ਸਕਦੇ ਹੋ ਗ੍ਰੀਨ ਕਲਰ ਦੇ ਪਿਗਮੈਂਟਸ ਜੋ ਸ਼ੋ ਹੋ ਰਹੇ ਨੇ ਇਹ ਹੁੰਦਾ ਜੀ ਇਸ ਦੇ ਵਿੱਚ ক্লোਰੋਪਲਾਸ ਤੇ ਆ ਜਿਹੜਾ ਤੁਹਾਨੂੰ ਇੱਥੇ ਸ਼ੋ ਹੋ ਰਿਹਾ ਆਪਾਂ ਤੁਹਾਨੂੰ ਜ਼ੂਮ ਕਰਕੇ ਸ਼ੋ ਕਰ ਦਿੰਨੇ ਆ ਹਾਂਜੀ ਜਿਹੜਾ ਇਹ ਵਾਲਾ ਸਟਰਕਚਰ ਤੁਹਾਨੂੰ ਸ਼ੋ ਹੋ ਰਿਹਾ ਇਹੀ ਹੈਗਾ ਜੀ ਕਿਹੜੀ ਕਲੋਰੋਪਲਾਸਟ ਇੱਥੇ ਤੁਹਾਨੂੰ ਦੇਖ ਰਹੇ ਹੋਗੇ ਤੇ ਇਹਦੇ ਵਿੱਚ ਜੋ ਤੁਹਾਨੂੰ ਇਹਦੇ ਵਿੱਚ ਉਹ ਚੀਜ਼ ਦਿਖਾਈ ਦੇ ਰਹੀ ਹੈ ਜੀ ਜੋ ਇਹਦੇ ਵਿੱਚ ਪਲੇਸ ਦੀ ਤਰ੍ਹਾਂ ਤੁਹਾਨੂੰ ਚੀਜ਼ ਦਿਖਾਈ ਦੇ ਰਹੀ ਹੈ ਇਸ ਦਾ ਇੰਟਰਨਲ ਸਟਰਕਚਰ ਇਸ ਦੇ ਵਿੱਚ ਸ਼ੋ ਕੀਤਾ ਹੋਇਆ ਹੈ ਜਿਸ ਦੇ ਵਿੱਚ ਗ੍ਰੈਨੂਲਸ ਹੁੰਦੇ ਨੇ ਸਟ੍ਰੋਮਾ ਹੁੰਦਾ ਫਿਲਹਾਲ ਇਹ ਹੈ ਕਿ ਇਸ ਦੇ ਵਿੱਚ ਕਲੋਰੋਪਲਾਸਟ ਪਾਇਆ ਜਾਂਦਾ ਹੈ ਕ੍ਰੋਮੋਪਲਾਸਟ ਤੇ ਲਿਊਕੋਪਲਾਸਟ ਜਿਹੜੇ ਇਹਦੇ ਵਿੱਚ ਪਾਈ ਜਾਂਦੇ ਨੇ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜਾ ਤੁਸੀਂ ਦੇਖ ਸਕਦੇ ਹੋ ਮੇਨ ਜਿਸ ਨੇ ਪੂਰੀ ਜਿਹੜੀ ਇੱਥੇ ਜਗ੍ਹਾ ਘੇਰੀ ਹੋਈ ਆ ਉਹ ਹੈਗਾ ਜੀ ਆ ਬੜਾ ਵਾਲਾ ਵੈਕਿਊਲ ਤੇ ਵੈਕਿਊਲ ਨੇ 50 ਤੋਂ ਲੈ ਕੇ 80% ਤੱਕ ਜਿਹੜੀ 90% ਤੱਕ ਜਗ੍ਹਾ ਜਿਹੜੀ ਹੈ ਪਲਾਂਟ ਸੈੱਲ ਦੇ ਵਿੱਚ ਘੇਰੀ ਹੁੰਦੀ ਹੈ ਸਭ ਤੋਂ ਵੱਡਾ ਜਿਹੜਾ ਇਸ ਦੇ ਵਿੱਚ ਉਹ ਵੈਕਿਊਲ ਪਾਇਆ ਜਾਂਦਾ ਹੈ ਵੈਕਿਊਲ ਦੀ ਜਿਹੜੀ ਬਾਹਰੀ ਪਰਤ ਹੁੰਦੀ ਹੈ ਉਸ ਦਾ ਨਾਮ ਆਪਾਂ ਤੁਹਾਨੂੰ ਦੱਸਿਆ ਸੀ ਟੋਨੋਪਲਾਸਟ ਹੁੰਦਾ ਸੋ ਇਸ ਕਰਕੇ ਅੱਜ ਦੀ ਵੀਡੀਓ ਦੇ ਲਈ ਕੱਲ ਆਪਾਂ ਲੈ ਕੇ ਆਵਾਂਗੇ ਜੀ ਐਨੀਮਲ ਸੈੱਲ ਤੇ ਪਲਾਂਟ ਸੈੱਲ ਦੇ ਵਿੱਚ ਡਿਫਰੈਂਸ ਆਪਾਂ ਡਿਟ ਤੁਹਾਡਾ ਤੁਹਾਨੂੰ ਕਨਸੈਪਟ ਜਿਹੜਾ ਕਲੀਅਰ ਹੋਇਆ ਹੋਵੇਗਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਤੁਹਾਡੇ ਕਮੈਂਟਸ ਹੀ ਮੈਨੂੰ ਮੋਟੀਵੇਟ ਕਰਦੇ ਨੇ ਹੋਰ ਵੀਡੀਓਜ਼ ਪਾਉਣ ਦੇ ਲਈ ਸੋ ਤੁਹਾਨੂੰ ਵੀਡੀਓਜ਼ ਕਿਸ ਤਰ੍ਹਾਂ ਦੀ ਲੱਗੀ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਟੈਲੀਗ੍ਰam ਚੈਨਲ ਨੂੰ ਜ਼ਰੂਰ ਜੁਆਇਨ ਕਰੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮ